ਖਬਰਾਂ ਦੇ ਬੁਲੇਟਿਨ ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਲੁਧਿਆਣਾ ਬੱਸ ਸਟੈਂਡ ਨੇੜੇ ਵਾਪਰੀਆਂ ਦੋ ਦਿਲ ਦਹਿਲਾਉਣ ਦੇਣ ਵਾਲੀਆਂ ਘਟਨਾਵਾਂ। ਇੱਕ ਪਾਸੇ ਧੀਆਂ ਨੇ ਮਾਂ ਨੂੰ ਪਾਇਆ ਜਿਸਮ ਫਰੋਸ਼ੀ ਦੇ ਧੰਦੇ ਵਿੱਚ, ਦੂਜੇ ਪਾਸੇ ਲੜਕੀਆਂ ਦੋ ਭਰਾਵਾਂ ਤੋਂ 8,000 ਲੈ ਕੇ ਹੋਈਆਂ ਫਰਾਰ। ਸਾਰੇ ਲੋਕਾਂ ਦਾ ਕਹਿਣਾ ਹੈ ਕਿ ਲੜਕੀਆਂ ਸਰਗਰਮ ਹਨ ਤੇ ਇਸ ਤੋਂ ਪਹਿਲਾਂ ਵੀ ਕਈ ਵਾਰਦਾਤਾਂ ਹੋ ਚੁੱਕੀਆਂ ਹਨ, ਪਰ ਪੁਲਿਸ ਇਸ ਵਿੱਚ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ। ਹੋਟਲ ਵੀ ਕੰਮ ਕਰਦੀ ਰਹੀ ਹਾਂ ਮੈਂ ਤਾਂ ਇੱਥੇ ਆ ਕੇ। ਤੇ ਕੁੜੀਆਂ ਨੇ ਤੁਹਾਨੂੰ ਇਸ ਕੰਮ 'ਚ ਪਾਤਾ? ਅਗਲੇ ਕਹਿੰਦੇ ਆਪਣਾ ਕਰੋ ਜੀ, ਆਪਣਾ ਖਾਓ। ਠੀਕ ਹੈ, ਹੁਣ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਕੁੜੀਆਂ ਵਿਚਾਰੀਆਂ ਅੱਜ ਦੇ ਟਾਈਮ 'ਚ ਨਸ਼ੇ 'ਚ ਫਸੀਆਂ ਹੋਈਆਂ? ਯਾਰ ਕੀ ਮੈਸੇਜ ਦੇਵਾਂ ਮੈਂ, ਹਜ਼ਾਰ ਜੋਰ ਚੱਕੋ ਜਿਹੜੇ ਹੁਣ ਤਾਂ ਨਸ਼ਾ ਕਰਦੀ ਹੈ, ਚੋਰੀ 'ਚ ਕਰ। ਉਹ ਦੇਖੋ ਉਹ ਦੋ ਕੁੜੀਆਂ ਖੱਟੀਆਂ ਅੱਜ, ਇਹਨਾਂ ਵਿੱਚ ਮੇਰਾ ਘਰ ਬਰਬਾਦ ਹੋਇਆ ਸਾਰਾ ਕੁਛ। ਅੱਛਾ, ਅੱਜ ਹੋਇਆ ਕਰਕੇ ਉਹਨਾਂ ਵੀ ਦੋ ਕੁੜੀਆਂ ਲੁੱਟੀਆਂ ਗਈਆਂ ਨੇ, ਉਹਨਾਂ ਦੋ ਬੰਦੇ ਲੁੱਟੇ ਗਏ 8,000 ਰੁਪਏ 'ਚ। ਕਿਹੜੇ? ਹੁਣ ਉੱਥੇ ਬੱਸ ਸਟੈਂਡ 'ਚ ਰੌਲਾ ਪਿਆ ਹੈ। ਕੌਣ ਲੈ ਗਿਆ ਉਹਨਾਂ ਦੇ? ਕੋਈ ਕੁੜੀਆਂ ਲੈ ਗਈਆਂ ਨੇ ਲੁੱਟ ਕੇ ਕਿਸੇ ਉਹ ਬੰਦੇ ਨੂੰ। ਤੇ ਤੁਸੀਂ ਉਹਨਾਂ ਜਾ ਕੇ ਬੋਲੋ ਮੈਨੂੰ ਨਾ ਬੁਲਾਓ ਮਾਮੂ ਮੇ। ਹੁਣ ਇਸ ਕੰਮ ਤੋਂ ਨਿਕਲਣਾ ਚਾਹੁੰਦੇ ਹੋ? ਮੈਂ ਨਿਕਲਣਾ ਚਾਹੁੰਦੀ, ਜਿੰਨੇ ਮੈਨੂੰ ਅੱਗ ਲਵਾਈ ਹੈ ਨਾ, ਫੜੋ ਜਾ ਕੇ ਨੋਨੀ ਨੂੰ, ਜੋਇਆ ਨੂੰ, ਇਹਨੂੰ ਆਪਣੇ ਕੀ ਕਹਿੰਦੇ ਨੇ ਡਾਕਟਰ ਨੂੰ। ਮੈਡਮ ਇੱਕ ਤਾਂ ਦੋ ਕੁੜੀਆਂ ਤੇ ਤੁਹਾਡੀਆਂ ਵੀ ਨੇ ਇਹਨਾਂ ਵਿੱਚ। ਮੇਰੀ ਦੋ ਕੁੜੀਆਂ ਕਿੱਥੇ, ਇੱਕੋ ਹੀ ਆ ਮੇਰੀ ਜਿੰਨੇ ਰੱਖਿਆ ਹੋਇਆ ਜ਼ਬਰਦਸਤੀ, ਕਿਉਂਕਿ ਖੋਵਾ ਕਰਕੇ ਤਾਂ ਇਹਨਾਂ ਨੂੰ ਫੜਾਉਂਦੀ ਆ। ਤੁਹਾਨੂੰ ਗਲਤ ਕੰਮਾਂ 'ਚ ਕਿੰਨੇ ਪਾਇਆ? ਮੇਰੇ ਬੱਚਿਆਂ ਨੇ ਇਸ ਕੰਮ 'ਚ। ਹਾਂਜੀ, ਕਿਹੜੀਆਂ ਕੁੜੀਆਂ ਨੇ ਕਿ ਮੁੰਡਿਆਂ ਨੇ? ਮੁੰਡੇ ਕਿੱਥੇ, ਮੁੰਡੇ ਹੁੰਦੇ ਤਾਂ ਮੈਂ ਇੱਥੇ ਹੁੰਦੀ। ਅੱਛਾ, ਕੁੜੀਆਂ ਨੇ ਤੁਹਾਨੂੰ ਇਸ ਕੰਮ 'ਚ ਪਾਇਆ? ਹਾਂਜੀ। ਲੋਕ ਕਹਿੰਦੇ ਨੇ ਮਾਵਾਂ ਪੇ ਬੱਚਿਆਂ ਨੂੰ ਗਲਤ ਪਾਉਂਦੇ ਆ, ਪਰ ਇਹ ਕੰਮ ਲੇਕਿਨ ਕੁੜੀਆਂ ਨੇ ਮਾਂ ਨੂੰ ਗਲਤ ਪਵਾ ਇਹ ਚੀਜ਼ ਦਾ ਪੂਰਾ ਬਸ ਸਾਡਾ ਗਵਾਹ ਵਾ। ਅੱਛਾ, ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲਓ। ਮੈਂ ਇੱਥੇ ਆ ਕੇ ਰੀਗਲ ਦੇ ਵਿੱਚ ਭਾਂਡੇ ਮਾਂਜਦੀ ਸੀਗੀ, ਝਾੜੂ ਪੋਚੇ ਲਾਉਂਦੀ ਹੁੰਦੀ ਸੀ, ਪਰ ਮੈਂ ਕਦੀ ਇਹੋ ਜਿਹਾ ਸੋਚਿਆ ਨਹੀਂ ਸੀਗਾ। ਪਰ ਤੁਹਾਨੂੰ ਇਹ ਗੰਦੇ ਕੰਮ 'ਚ ਬੱਚਿਆਂ ਨੇ ਪਾਤਾ? ਕਹਿਨੂਰ ਜੀ। ਕਹਿਨੂਰ? ਹਾਂਜੀ। ਤੇਰਾ ਕਹਿਨੂਰ ਤਾਂ ਫਤਿਆ ਕਿਹੜੇ ਕੰਮ 'ਚ ਹੈ? ਮੈਂ ਪੈਂਟਰ ਕੰਮ ਤਾਂ ਆਇਆ ਸੀ ਇੱਥੇ। ਹਾਂ, ਫਿਰ ਕਿੱਦਾਂ ਰਗੜੇ ਗਿਆ? ਦੋ ਕੁੜੀਆਂ ਮੈਂ ਤਾਂ ਪੈਸੇ ਲੈ ਗਏ ਜੀ। ਕਿੰਨੇ ਪੈਸੇ ਲੱਗ ਗਿਆ? ਮੈਂ ਤਾਂ 1,000 ਲੱਗਿਆ ਵੀਰੇ, 1,500 ਰੁਪਇਆ। ਰਾਤ ਕਿੰਨੇ ਲੱਗੇ ਜੀ? 1,500 ਰੁਪਇਆ। 1,500? ਹਾਂਜੀ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਮੈਂ ਡੇਲੋ ਜੀ। ਡੇਲੋ ਤੋਂ ਲੁਧਿਆਣੇ ਆਏ ਤੁਸੀਂ? ਹਾਂਜੀ, ਪੈਂਟਰ ਕੰਮ ਕਰਦਾ ਮੈਂ। ਅੱਛਾ, ਪੈਂਟਰ ਦਾ ਕੰਮ ਕਰਦੇ? ਹਾਂਜੀ। ਉਹਨਾਂ ਦਾ ਕਿੰਨੇ ਪੈਸੇ ਰਗੜੇ ਗਏ ਦੋਨੇ ਭਰਾਵਾਂ 'ਚ? ਉਹਦਾ ਮੈਨੂੰ ਪਤਾ ਨਹੀਂ, ਮੈਂ 1,500 ਰੁਪਏ ਲੈ ਗਈ। ਅੱਛਾ, 1,500? ਹਾਂਜੀ। ਕੁੜੀ ਮਿਲੀ ਵੀ ਨਹੀਂ? ਨਾ, ਬਿਲਕੁਲ ਨਹੀਂ ਮਿਲੀ। ਨਹੀਂ ਮਿਲੀ ਕੁੜੀ? ਨਹੀਂ ਜੀ, ਮੇਰਾ ਵੱਡਾ ਭਾਈ ਉਹ ਬੰਦਾ ਫੜ ਲਿਆ ਸੀ। ਲਾਰਾ ਕੀ ਲਾ ਕੇ ਗਈ ਕੁੜੀ ਤੁਹਾਨੂੰ? ਗਲਤ ਕੰਮ ਪਿੱਛੇ। ਨਹੀਂ, ਲਾਰਾ ਕੀ ਲਾ ਕੇ ਵੀ ਮੈਂ ਮਿਲਦੀ ਹਾਂ ਤੁਹਾਨੂੰ? ਨਹੀਂ, ਗਲਤ ਕੰਮ ਪਿੱਛੇ ਲਾ ਕੇ ਲਾਰਾ ਲਾ ਕੇ ਗਈ ਆ। ਅੱਛਾ, ਵੀ ਤੁਹਾਨੂੰ ਮੈਂ ਆਉਣੀ ਹੋਣੀ? ਹਾਂ, ਵੀ ਆਈ ਨਹੀਂ ਦੁਬਾਰਾ ਫਿਰ? ਹਾਂਜੀ। ਫਿਰ ਤੁਸੀਂ ਇੱਦਾਂ ਦੇ ਕੰਮਾਂ 'ਚ ਫਸਦੇ ਕਿਉਂ? ਪਾਪਾ ਜੀ ਹੁਣ ਕੀ ਮਜਬੂਰੀ ਹੈ ਜੀ। ਮਜਬੂਰੀ ਹੈ? ਹਾਂਜੀ। ਵਿਆਹ ਨਹੀਂ ਹੋਇਆ ਤੁਹਾਡਾ? ਨਹੀਂ ਜੀ। ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਤੇ ਸੂਬੇ ਭਰ ਵਿੱਚ ਪੁਲਿਸ ਵੱਲੋਂ ਨਸ਼ਿਆਂ ਤੇ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਆਪਰੇਸ਼ਨ ਸੀਲ ਕੀਤਾ ਗਿਆ। ਇਸ ਵਿਸ਼ੇਸ਼ ਨਾਕੇਬੰਦੀ ਤਹਿਤ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਤਿੱਖੀ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਪਠਾਨਕੋਟ ਪੁਲਿਸ ਦੇ ਸਰਹੱਦੀ ਖੇਤਰ ਵਿੱਚ ਜ਼ਿਲ੍ਹੇ ਭਰ ਦੀਆਂ ਵੱਖ ਵੱਖ ਅੰਤਰਰਾਜੀ ਨਾਕਿਆਂ ਤੇ ਕਾਰਵਾਈ ਕਰਕੇ ਵਿਸ਼ੇਸ਼ ਜਾਂਚ ਕੀਤੀ ਗਈ ਤੇ ਪਠਾਨਕੋਟ ਦੀ ਪੁਲਿਸ ਵੱਲੋਂ DSP ਦਿਹਾਤੀ ਹਰਕ੍ਰਿਸ਼ਨ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਚਲਾਈ ਗਈ ਅਤੇ SSP ਪਠਾਨਕੋਟ ਸ਼ਮੀਰ ਮੀਰ ਜੀ IPS ਉਹਨਾਂ ਦੇ ਦਿਸ਼ਾ ਨਿਰਦੇਸ਼ 'ਤੇ ਇੱਕ ਜਿਹੜਾ ਆਪਰੇਸ਼ਨ ਸੀਲ ਸਾਰੇ ਪੰਜਾਬ ਵਿੱਚ ਹੀ ਚਲਾਇਆ ਜਾ ਰਿਹਾ ਅਤੇ ਪਠਾਨਕੋਟ ਵਿੱਚ ਵੀ ਜਿਹੜਾ ਆਪਣੇ SSP ਸਾਹਿਬ ਦੀ ਜਿਹੜੀ ਨਿਗਰਾਨੀ ਦੇ ਅੱਜ ਇੱਕ ਆਪਰੇਸ਼ਨ ਸੀਲ ਕੀਤਾ ਗਿਆ। ਇਹਦੇ ਵਿੱਚ ਅਸੀਂ ਵੱਖ ਵੱਖ ਥਾਵਾਂ 'ਤੇ ਨਾਕੇ ਲਾਏ ਹੋਏ ਨੇ। ਨਾਕਿਆਂ ਦੇ ਵਿੱਚ ਅਸੀਂ ਇਹ ਜਿਹੜੇ ਨਾਕੇ ਨੇ ਸਾਡੇ ਇੰਟਰਸਟੇਟ ਨਾਕੇ ਨੇ, ਜਿਸ ਤਰ੍ਹਾਂ ਸਾਡੇ ਇੱਥੇ ਇਲਾਕੇ ਦੇ ਵਿੱਚ ਆਪਣਾ JNK ਦੇ ਨਾਲ ਲੱਗਦਾ, ਸਾਡਾ ਏਰੀਆ ਕਠੂ ਦੇ ਨਾਲ ਲੱਗਦਾ, ਜਿਹੜਾ ਇਹਦਾ ਸਾਡਾ ਮੇਨ ਮੋਟੋ ਹੈ ਕਿ ਕੋਈ ਵੀ ਵਿਅਕਤੀ
ਕੋਈ ਸ਼ਰਾਬ ਜਾਂ ਕੋਈ ਹੋਰ ਕੰਟਰਾਬੈਂਡ ਥਿੰਗਸ ਕੋਈ ਲਿਆ ਨਾ ਸਕੇ। ਇਸ ਤਰ੍ਹਾਂ ਸਾਡੇ ਜਿਹੜੇ ਨਾਲ ਦੀਆਂ ਸਟੇਟਾਂ ਦੇ ਨਾਲ ਪੁਲਿਸ ਦੇ ਨਾਲ ਸਾਂਝੇ ਜਿਹੜੇ ਆਪਰੇਸ਼ਨ ਹੈ ਉਹ ਚੱਲਦੇ ਰਹਿਣਗੇ ਅਤੇ ਤਾਂ ਇਲੈਕਸ਼ਨ ਦਾ ਮਾਹੌਲ ਹੈ, ਇਸ ਤਰ੍ਹਾਂ ਅਸੀਂ ਨਾਕੇ ਲਾ ਕੇ ਚੈਕਿੰਗ ਕਰਾਂਗੇ ਤਾਂ ਜੋ ਜਿਹੜਾ ਇਲੈਕਸ਼ਨ ਦੇ ਮਾਹੌਲ ਨੂੰ ਉਹ ਸੁਖਾਵਾਂ ਬਣਾਇਆ ਜਾ ਸਕੇ। ਸਰ, ਅੱਜ ਇਹ ਨਾਕਾਬੰਦੀ ਕੀਤੀ ਗਈ ਹੈ, ਕੋਈ ਰਿਕਵਰ ਹੋਇਆ ਜੀ ਕੁਛ? ਇਹਦੇ ਸੰਬੰਧ ਵਿੱਚ ਸਾਡੀ ਜਿਹੜੀ ਚੈਕਿੰਗ ਚੱਲ ਰਹੀ ਆ ਅਤੇ ਜਦੋਂ ਵੀ ਕੋਈ ਰਿਕਵਰੀ ਹੋਏਗੀ ਅਸੀਂ ਬੰਦੀ ਕਰਦੇ ਕਰਾਂਗੇ। ਪਠਾਨਕੋਟ ਦੇ ਅਰਧ ਪਹਾੜੀ ਇਲਾਕੇ ਧਾਰ ਬਲਾਕ ਦੇ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਬਣੀ ਹੋਈ ਹੈ, ਜਿਸ ਦੇ ਬਾਵਜੂਦ ਕਈ ਪਿੰਡ ਝੀਲ ਦੇ ਕੰਢੇ ਵਸੇ ਹੋਏ ਹਨ, ਪਰ ਫਿਰ ਵੀ ਲੋਕਾਂ ਦੀ ਪਿਆਸ ਨਹੀਂ ਬੁਝ ਰਹੀ ਕਿਉਂਕਿ ਬਿਜਲੀ ਥੋੜੇ ਥੋੜੇ ਸਮੇਂ ਬਾਅਦ ਹੀ ਸਪਲਾਈ ਹੋ ਜਾਂਦੀ ਹੈ। ਪਿੰਡ ਵਾਸੀ 2 ਕਿਲੋਮੀਟਰ ਦੂਰ ਸਕੂਲ ਤੋਂ ਪਾਣੀ ਲੈ ਕੇ ਆਉਂਦੇ ਹਨ ਤੇ ਜਦੋਂ ਬਿਜਲੀ ਕੱਟ ਲੱਗਦੇ ਹਨ ਲਿਫਟਿੰਗ ਪਲਾਂਟ ਕੰਮ ਨਹੀਂ ਕਰਦੇ। ਮੇਰਾ ਨਾਮ ਭੂਰ ਸਿੰਘ ਜੀ। ਕੀ ਪ੍ਰੋਬਲਮ ਹੈਗੀ ਹੈ ਪਿੰਡਾਂ ਚ? ਸਭ ਤੋਂ ਜ਼ਿਆਦਾ ਪਾਣੀ ਦੀ ਮਤਲਬ ਲਾਈਟ ਨਹੀਂ ਹੋਊਗੀ ਤਾਂ ਪਾਣੀ ਨਹੀਂ ਮਿਲਣਾ ਹੈ ਅਤੇ ਲਾਈਟਾਂ ਦਾ ਬਹੁਤ ਹੀ ਮੁਸ਼ਕਿਲ ਸੀ, ਪਰ ਹੁਣ ਤਕਰੀਬਨ ਥੋੜ੍ਹੀ ਟਰਾਂਸਫਾਰਮਰ ਲੱਗੀ ਆ ਤਾਂ ਉਸ ਵਜ੍ਹਾ ਨਾਲ ਥੋੜ੍ਹਾ ਹੁਣ ਲਾਈਟ ਵੀ ਹੋ ਗਈ ਹੈ ਤਾਂ ਪਾਣੀ ਬਾਰੇ ਲਾਈਟ ਹੀ ਚਲੀ ਜਾਂਦੀ ਆ, ਇੱਥੇ ਜਰਾ ਤੂਫਾਨ ਪਊਂਗਾ ਇਹਦੇ ਨਾਲ ਲਾਈਟ ਬੰਦ ਕਰ ਦੇਣੀ ਹੈ ਅਤੇ ਜਾਂ ਕਿਤੇ ਦੀ ਤਾਰ ਟੁੱਟ ਜਾਏਗੀ ਤਾਂ ਦੋ ਦੋ ਤਿੰਨ ਤਿੰਨ ਦਿਨ ਲਾਈਟ ਹੀ ਨਹੀਂ ਆਊਗਾ ਤਾਂ ਬਿਲਕੁਲ ਵੈਸੇ ਬੈਠੇ ਰਹੋ ਅਤੇ ਆਪਣੇ ਝੀਲਾਂ ਦਾ ਖੂਹਾਂ ਦਾ ਪਾਣੀ ਲੈ ਜਾਈਏ ਤਾਂ ਆਪਣਾ ਪੀਣੇ ਦਾ ਸਾਧਨ ਕਰਨੇ ਅਸੀਂ। ਲਾਈਟਾਂ ਦਾ ਸਭ ਤੋਂ ਜ਼ਿਆਦਾ ਹਾਂ ਮੁਸ਼ਕਿਲ, ਪਰ ਹੁਣ ਲਾਈਟ ਵੀ ਠੀਕ ਆ ਵੀ ਸਾਹਮਣੇ ਪਾਰ ਧਾਰ ਬਲਾ ਕੇ ਧਾਰ ਦਾ ਏਰੀਆ ਇੱਧਰ ਲਾਈਟ ਰੰਗ ਸਾਡੇ ਜਰਾ ਪਤਾ ਹੀ ਲਈ ਜਾਂਗਾ ਤਾਂ ਇਹਨਾਂ ਲਾਈਟ ਪਿੱਛੇ ਦੀ ਬੰਦ ਕਰ ਦੇਣੀ ਲੋਕ ਇੱਥੇ। ਹੁਣ ਪਹਿਲਾਂ ਤਾਂ ਕਿਸੇ ਨਾਲ ਕਰ ਹੀ ਲੈਂਦੇ, ਹੁਣ ਕਰਨੀ ਵੀ ਕਿਸੇ ਦੇ ਨਾਲ, ਕਿਉਂਕਿ ਜਿਵੇਂ ਮਤਲਬ ਇੱਥੇ ਸਰਕਾਰ ਹੁਣ ਦੂਸਰੀ ਹੈ ਤਾਂ ਉਹ ਆਉਣਾ ਹੀ ਨਹੀਂ ਕੋਈ ਵੀ, ਤਾਂ ਨਾ ਹੁਣ ਕਿਸੇ ਨਾਲ ਪਹਿਲਾਂ ਬੱਬੂ ਹਾਲ ਤੋਂ ਸੀ ਮਤਲਬ ਸੁਣ ਲੈਂਦਾ ਕਰ ਲੈਂਦਾ ਹੈ ਕੋਈ ਗੱਲਬਾਤ, ਹੁਣ ਉਹ ਵੀ ਨਹੀਂ ਮਤਲਬ ਜਿਵੇਂ ਬੇਸ਼ਕ ਜਿੱਤਦਾ ਹੀ ਹੈ ਪਰ ਕਿਸੇ ਦੀ ਗੱਲ ਨਹੀਂ ਸੁਣਨੀ ਉਹਨਾਂ ਨੇ ਵੀ, ਜਿੰਨਾ ਕੁਛ ਨਾ ਆਉਣਾ ਉਹਨਾਂ ਨੇ ਵੀ। ਦੇਖੋ ਜਿਹੜਾ ਇਸ਼ੂ ਹੈਗਾ ਹੈ ਇਹ ਮੇਰੇ ਧਿਆਨ 'ਚ ਆਇਆ ਹੈ, ਉਹ ਜਿਹੜਾ ਏਰੀਆ ਹੈ ਉਹ ਥੋੜ੍ਹਾ ਰਿਲੇਟਿਵਲੀ ਆਈਸੋਲੇਟਿਡ ਏਰੀਆ ਵੀ ਹੈਗਾ ਹੈ ਅਤੇ ਇਹ ਪ੍ਰੋਬਲਮ ਕਾਫੀ ਇੰਪੋਰਟੈਂਟ ਹੈ ਅਤੇ ਇਹਦਾ ਅਸੀਂ ਜਿਹੜੇ ਵੀ ਪੋਸੀਬਲ ਸੋਲਿਊਸ਼ਨਸ ਹੈਗੇ ਆ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਜਿਹੜੇ ਵੀ ਸੋਲਿਊਸ਼ਨ ਇਸ ਸਿਚੁਏਸ਼ਨ ਦੇ ਅਕੋਰਡਿੰਗ ਫਿਜ਼ੀਬਲ ਹੋਣਗੇ ਅਤੇ ਉਹਨਾਂ 'ਤੇ ਕੰਮ ਕੀਤਾ ਜਾਏਗਾ। ਆਪਰੇਸ਼ਨ ਸੀਲ ਦੇ ਤਹਿਤ ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਜ਼ਿਲ੍ਹਾ ਪੁਲਿਸ ਫੋਰਸ ਵੱਲੋਂ ਸਪੈਸ਼ਲ ਨਾਕੇ ਲਗਾਏ ਗਏ ਅਤੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ। ਨਾਕੇ ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੇਖਦੇ ਹੋਏ ਲਗਾਏ ਗਏ ਹਨ ਤੇ ਦੱਸ ਦਈਏ ਕਿ ਭੋਆ ਹਲਕੇ ਦੇ ਅੱਡਾ ਕੀੜੀ ਖੁਰਦ ਵਿੱਚ ਵੀ ਤਾਰਾਗੜ੍ਹ ਪੁਲਿਸ ਵੱਲੋਂ SHO ਮਨਜੀਤ ਸਿੰਘ ਦੀ ਅਗਵਾਈ ਹੇਠ ਨਾਕਾ ਲਗਾਇਆ ਗਿਆ। DGP ਸਾਹਿਬ ਪੰਜਾਬ, ਮਾਨਯੋਗ SSP ਸਾਹਿਬ ਪਠਾਨਕੋਟ ਤੇ DSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਯੋਗ ਅਗਵਾਈ ਦੇ ਵਿੱਚ ਕੀੜੀ ਖੁਰਦ ਵਿਖੇ ਸਪੈਸ਼ਲ ਨਾਕਾਬੰਦੀ ਜਿਹੜੀ ਆ ਸੀਜ ਓਪਰੇਸ਼ਨ ਦੇ ਤਹਿਤ ਜਿਹੜੀ ਆ ਉਹ ਲਗਾਇਆ ਗਿਆ ਆ। ਇਹ ਆਲ ਓਵਰ ਪੰਜਾਬ ਦੇ ਵਿੱਚ ਅਤੇ ਸਾਡੇ ਡਿਸਟ੍ਰਿਕਟ ਪੰਜਾਬ ਪਠਾਨਕੋਟ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਨਾਕਾਬੰਦੀ ਕੀਤੀ ਗਈ ਆ। ਇਹ ਨਾਕਾਬੰਦੀ ਮੇਨ ਜਿਹੜੇ ਸਾਡੇ ਇੰਟਰ ਡਿਸਟ੍ਰਿਕਟ ਜਿਹੜੇ ਨਾਕੇ ਪੈਂਦੇ ਆ, ਜਿਵੇਂ ਇਹ ਕੀੜੀ ਖੁਰਦ ਨਾਕਾ ਜਿਹੜਾ ਵਾ ਇਹ ਜੰਡਿਆਲ ਬੈਰੀਅਰ JNK ਕਠੂਆ ਦੇ ਨਾਲ ਜਿਹੜਾ ਇਹ ਜੁੜਦਾ ਹੈ ਕਿ ਉੱਧਰ ਵੀ ਆਪਾਂ ਜਿਹੜੇ ਕਠੂਏ ਵਾਲੇ ਆ ਉੱਥੇ ਬੂਈਦਾਸ ਜੀ ਸਾਬ ਇੰਸਪੈਕਟਰ ਇੰਚਾਰਜ ਨੇ, ਉਹਨਾਂ ਦੇ ਨਾਲ ਤਾਲਮੇਲ ਕਰਕੇ ਜਿਹੜਾ ਕੋਆਰਡੀਨੇਟ ਕਰਕੇ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਆ ਤਾਂ ਜੋ ਇੰਟਰਸਟੇਟ ਜਿਹੜੀ ਕੋਈ ਨਸ਼ੇ ਦੀ ਜਾਂ ਕੋਈ ਕੈਸ਼ ਦੀ ਜਾਂ ਹੋਰ ਇਲੀਗਲ ਜਿਹੜੀ ਆ ਆਰਟੀਕਲ ਦੀ ਜਿਹੜੀ ਸਮਗਲਿੰਗ ਹੁੰਦੀ ਆ ਉਹਨੂੰ ਰੋਕਿਆ ਜਾਏ ਅਤੇ ਜਿਹੜੇ ਮਾੜੇ ਅਨਸਰ ਨੇ ਜਾਂ ਸਮਗਲਰ ਨੇ ਉਹਨਾਂ ਨੂੰ ਨੱਥ ਪਾਈ ਜਾਏ ਅਤੇ ਜਿਹੜਾ ਨਸ਼ਾ ਮੁਕਤ ਪੰਜਾਬ ਆ ਜਿਹੜਾ ਉਹ ਕੀਤਾ ਜਾਵੇ। ਹੋਰ ਵੀ ਮੇਰੀ ਜਨਤਾ ਨੂੰ ਅਪੀਲ ਹੈ ਕਿ ਜੇ ਕੋਈ ਇੱਦਾਂ ਦੇ ਬੰਦੇ ਜਿਹੜਾ ਕੋਈ ਨਸ਼ੇ ਦੀ ਸਮਗਲਿੰਗ ਕਰਦਾ
ਜਾਂ ਕੋਈ ਜਿਵੇਂ ਕਿ ਇਲੈਕਸ਼ਨ ਦਾ ਮਾਹੌਲ ਹੈ, ਜੇ ਕੋਈ ਵਾਇਲੇਸ਼ਨ ਕਰਦਾ ਵਾ ਕੋਡ ਆਫ ਕੰਡਕਟ ਦੀ, ਉਹਦੇ ਸੰਬੰਧ ਵਿੱਚ ਹੀ ਸਾਨੂੰ ਸੂਚਿਤ ਕੀਤਾ ਜਾਵੇ। ਆਪਾਂ ਜਿਹੜੀ ਆ ਬੜੀ ਨਿਰਪੱਖਤਾ ਦੇ ਨਾਲ ਜਿਹੜੀ ਆ ਉਹ ਇਲੈਕਸ਼ਨ ਕਰਾਂਗੇ ਅਤੇ ਬੜੀ ਸੰਵੇਦਨਸ਼ੀਲ ਜਿਹੜੀ ਆ ਢੰਗ ਦੇ ਨਾਲ ਜਿਹੜੀ ਅੱਜ ਸਰਚ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਵਾ। ਜੇ ਕੋਈ ਸ਼ੱਕੀ ਪਦਾਰਥ ਜਿਹੜਾ ਉਹ ਸਾਡੇ ਨੋਟਸ ਵਿੱਚ ਆਉਂਦਾ ਉਹਦੇ ਸੰਬੰਧ ਵਿੱਚ ਜਿਹੜੀ ਆਪਾਂ ਕਾਨੂੰਨੀ ਕਾਰਵਾਈ ਕਰਾਂਗੇ ਅਤੇ ਇਹਦੇ ਸੰਬੰਧ ਵਿੱਚ ਜਿਹੜੇ ਗੈਰ ਆਨਸਰ ਨੇ ਜਾਂ ਜਿਹੜੇ ਗੈਰ ਸਮਾਜੀ ਕੰਮ ਕਰਦੇ ਨੇ ਉਹਨਾਂ ਨੂੰ ਮੇਰੀ ਚੇਤਾਵਨੀ ਆ ਕਿ ਉਹ ਇਹਨਾਂ ਚੀਜ਼ਾਂ ਤੋਂ ਬਾਜ਼ ਆ ਜਾਣ, ਨਹੀਂ ਤਾਂ ਉਹਨਾਂ ਦੇ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਉਹਨਾਂ ਨੂੰ ਸਲਾਕਾਂ ਪਿੱਛੇ ਕੀਤਾ ਜਾਊਗਾ। ਥੈਂਕ ਯੂ। ਅੱਜ SABC ਮਹਾਂਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਆਗੂਆਂ ਵੱਲੋਂ ਖਾਲਸਾ ਪੰਥ ਦਾ ਸਾਜਨਾ ਦਿਵਸ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਸਾਰੇ ਆਗੂਆਂ ਨੇ ਸੰਬੋਧਨ ਕੀਤਾ ਤੇ ਉਹਨਾਂ ਖਾਲਸਾ ਪੰਥ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਘੂਬਣਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ 5 ਮਾਰਚ ਨੂੰ ਵਿਧਾਨ ਸਭਾ ਵਿੱਚ ਜਾਅਲੀ SABC ਸਰਟੀਫਿਕੇਟ ਬਣਾਉਣ ਵਾਲਿਆਂ ਦੇ ਖਿਲਾਫ਼ ਕਾਰਵਾਈ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਜੋ ਐਲਾਨ ਕੀਤਾ ਸੀ ਲਗਭਗ 1.5 ਮਹੀਨਾ ਬੀਤਣ ਤੋਂ ਬਾਅਦ ਵੀ ਨਾ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਤੇ ਨਾ ਹੀ ਕਿਸੇ ਦੋਸ਼ੀ ਅਤੇ ਕੋਈ ਕਾਰਵਾਈ ਕੀਤੀ ਗਈ ਹੈ। ਜਿਹੜੀ ਸਾਡੀ ਪੰਜਾਬ ਦੀ ਇੰਟੈਲੀਜੈਂਸੀ ਹੈ CID ਹੈ ਉਹ ਸਿਰ ਸੁੱਤੀ ਪਈ ਹੋਈ, ਜੋ ਅਸੀਂ 15 ਦਿਨ ਤੇ 12 ਦਿਨ ਦਾ ਪਹਿਲਾਂ ਅਲਟੀਮੇਟਮ ਦਿੰਦੇ ਹਾਂ, ਪ੍ਰੈਸ ਰਾਹੀਂ ਦਿੰਦੇ ਨੇ, ਸ਼ਾਇਦ ਅਖਬਾਰਾਂ ਨਹੀਂ ਪੜ੍ਹਦੇ, ਸ਼ਾਇਦ TV ਚੈਨਲ ਨਹੀਂ ਦੇਖਦੇ, ਸ਼ਾਇਦ ਸੋਸ਼ਲ ਮੀਡੀਆ ਦਾ ਕੰਮ ਨਹੀਂ ਦੇਖਦਾ। ਇੱਥੇ ਦਾ ADC PC SHP ਦੀ ਡਿਊਟੀ ਬਣਦੀ ਹੈ ਵੀ ਸਾਡੇ ਜ਼ਿਲ੍ਹੇ 'ਚ ਇਹ ਜਿਹੜਾ ਕੰਮ ਹੋ ਰਿਹਾ ਅਤੇ ਉਹ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਉਸ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਤੁਹਾਡੀ ਲੋੜ ਹੈ, ਇਹ ਪਬਲਿਕ ਦੀ ਲੋੜ ਹੈ, ਸਾਡੇ ਸਹਿਯੋਗੀਆਂ ਦੀ ਲੋੜ ਹੈ, ਤਾਂ ਜਾਗਦੀ ਹੈ ਜਦੋਂ ਇੱਥੇ ਬੈਠਦੇ ਨੇ। ਪਰ ਬਹੁਤ ਲੋਕ ਇਸ ਤਰ੍ਹਾਂ ਜਿਹੜੇ ਦਰਦ ਦੀਆਂ ਠੋਕਰਾਂ ਖਾ ਕੇ ਘਰੇ ਬੈਠ ਜਾਂਦੇ, ਬੰਦੇ ਵੀ ਇਕੱਠੇ ਕਰਨੇ ਕਿਹੜੇ, ਧਰਨਾ ਲੈਣਾ ਸਰਕਾਰ ਦਾ ਪਿੱਠ ਸਿਆਪਾ ਕਰਨਾ ਕਿਹੜਾ ਸੌਖਾ, ਹਰ ਇੱਕ ਬੰਦੇ ਨੂੰ ਪਤਾ ਹੈ ਝੂਠਾ ਪਰਚਾ ਕਰਨ ਲੱਗੇ ਦੇਰ ਨਹੀਂ ਲਾਉਂਦੇ, ਅਸਲ ਪਰਚੇ ਨੂੰ ਬਹੁਤ ਔਖੀ ਤਫਤੀਸ਼ ਹੁੰਦੀ ਹੈ, ਛਾਣਬੀਣ ਹੁੰਦੀ ਹੈ, ਕੰਪਲੇਟਾਂ ਜਾਂਦੀਆਂ, ਸਾਲਾਂ ਪ੍ਰਤੀ ਲੰਘ ਜਾਂਦਾ ਉਹਨੂੰ। ਹੁਣ ਤੁਹਾਡੇ 'ਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਸੀ, ਤੁਹਾਡਾ ਕਹਿਣਾ ਝੂਠਾ ਪਰਚਾ ਸੀਗਾ, ਤੁਹਾਨੂੰ ਆਸ਼ਵਾਸਨ ਵੀ ਦਿੱਤਾ ਗਿਆ, ਭਰੋਸਾ ਵੀ ਦਿੱਤਾ ਗਿਆ, ਪਰ ਹਜੇ ਤੱਕ ਉਹ ਪਰਚਾ ਖਾਰਿਜ ਨਹੀਂ ਹੋਇਆ, ਕੀ ਅੱਜ ਕੀ ਉਹਦੇ ਉਸ ਮੁੱਦੇ 'ਤੇ ਕੀ ਗੱਲਬਾਤ? ਅੱਜ ਤੁਹਾਨੂੰ ਡਿਪਟੀ ਸਾਹਿਬ ਨੂੰ ਕਹਿਤਾ ਵੀ ਇਹ ਫੇਰ ਨਾ ਹੋਵੇ ਵੀ ਉਹ ਸਾਨੂੰ ਮਹੀਨੇ ਨੂੰ ਜਾਂ 20 ਦਿਨ ਨੂੰ ਇਸੇ ਪਰਚੇ ਲੈ ਕੇ ਧਰਨਾ ਲਾਉਣਾ ਪਵੇ, ਹੁਣ ਤੁਸੀਂ 1.5 ਮਹੀਨਾ ਲਗਾਤਾ, ਜੇਕਰ ਨਹੀਂ ਇਹ 15 ਦਿਨ 20 ਦਿਨ 'ਚ ਕਰਦੇ ਤਾਂ ਤੁਹਾਡੀ ਤੁਸੀਂ ਵੀ ਗਏ ਨਹੀਂ, ਇਹ ਪਬਲਿਕ ਵੀ, ਸਾਡੇ ਸਹਿਯੋਗੀ ਸੱਜਣ ਵੀ ਕੀਤੇ ਗਏ ਨਹੀਂ, ਅਸੀਂ ਫਿਰ ਇਹਦੀਆਂ ਚੀਕਾਂ ਮਰਾਵਾਂਗੇ ਅਤੇ ਜਿਹੜੇ ਲੋਕਾਂ ਨੂੰ ਲੋਕ ਸਭਾ ਹਲਕੇ ਦੀ ਚੋਣ ਲੜਾਂਗੇ ਉੱਥੇ ਕੱਲ ਕੱਲੀ ਜਗ੍ਹਾ ਜਾ ਕੇ ਅਸੀਂ ਸਟੇਜਾਂ 'ਤੇ ਇਹਨਾਂ ਨੂੰ ਕਾਲੇ ਝੰਡੇ ਦਿਖਾ ਕੇ ਇਹਨਾਂ ਦਾ ਘਰਾਓ ਵੀ ਕਰਾਂਗੇ ਅਤੇ ਇਹਨਾਂ ਦਾ ਪਿੜ ਸਿਆਪਾਈ ਵੀ ਕਰਾਂਗੇ। ਅਤੇ ਸਰ CM ਨੇ OSD ਆਏ ਅੱਜ, ਉਹਨਾਂ ਨੇ ਤੁਸੀਂ ਮੈਂਬਰਾਂ ਨੂੰ ਦੁਬਾਰਾ ਦਿੱਤਾ, ਕੀ ਉਹਨਾਂ ਨੇ ਕੀ ਭਰੋਸਾ ਦਵਾਇਆ, ਤੁਹਾਨੂੰ ਕੀ ਲੱਗਦਾ, ਤੁਸੀਂ ਕੀ ਕਹਿਣਾ ਚਾਹੋਗੇ ਸੀ? ਹੁਣ ਉਹਨਾਂ ਨੇ ਭਰੋਸਾ ਦਵਾਇਆ ਵੀ ਬਹੁਤ ਜਲਦੀ ਸਮੇਂ 'ਚ, ਹਲੇ ਟਾਈਮ ਫਿਕਸ ਨਹੀਂ ਹੈ, ਵੀ ਜਲਦੀ ਸਮੇਂ 'ਚ ਤੁਹਾਡੀ ਮੀਟਿੰਗ ਜਿਹੜੀ ਹੈ ਫਿਕਸ ਕਰਾਵਾਂਗੇ, ਉੱਥੇ ਅਸੀਂ ਸਾਡੇ ਜਾ ਕੇ 10-11 ਆਗੂ ਆ, 5 ਆਗੂ 7 ਆਗੂ ਜਿਹੜੇ ਮੇਨ ਹੈ ਉਹ ਜਾ ਕੇ ਆਪਣੀਆਂ ਮੰਗਾਂ ਰੱਖਣਗੇ, ਤਾਂ ਅਗਲਾ ਪ੍ਰੋਗਰਾਮ ਜਿਹੜਾ ਉਹਨਾਂ ਦੀ ਮੀਟਿੰਗ ਤੋਂ ਬਾਅਦ ਹੀ ਤੁਹਾਨੂੰ ਦੱਸਿਆ ਜਾਵੇਗਾ। ਥੈਂਕ ਯੂ ਸਰ, ਥੈਂਕ ਯੂ। ਅੰਮ੍ਰਿਤਸਰ ਦੇ ਕੰਪਨੀ ਬਾਗ ਵਿੱਚ ਇੱਕ NGO ਮਿਸ਼ਨ ਆਗਾਜ਼ ਵੱਲੋਂ ਇੱਕ ਨਾਟਕ ਕਰਵਾਇਆ ਗਿਆ ਤੇ ਇਸ ਮੌਕੇ ਕੰਪਨੀ ਬਾਗ ਵਿੱਚ ਇੱਕ ਡਾਂਸ ਪ੍ਰੋਗਰਾਮ ਕਰਵਾ ਕੇ ਲੋਕਾਂ ਨੂੰ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਲੋਕਾਂ ਨੂੰ ਜਾਗਰੂਕ ਕਰਵਾਇਆ ਗਿਆ ਤੇ ਲੋਕਾਂ ਨੂੰ ਬੂਟੇ ਵੀ ਵੰਡੇ ਗਏ। ਇਸ ਮੌਕੇ ਮਿਸ਼ਨ ਆਗਾਜ਼ ਦੇ ਮੁਖੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਮੇਰਾ ਨਾਮ ਦੀਪਕ ਬੱਬਰ ਹੈ, ਡਾਇਰੈਕਟਰ ਮਿਸ਼ਨ ਆਗਾਜ਼। ਇੱਕ ਪ੍ਰੋਜੈਕਟ ਚਲਤਾ ਹਮਾਰਾ ਗੁਲਗੁਲ ਫਾਰਮ। ਉਸ ਗੁਲਗੁਲ ਫਾਰਮ ਕਾ ਮਤਲਬ ਹੈ ਕਿ ਹਮਨੇ ਹਰ ਜਗ੍ਹਾ ਜਗ੍ਹਾ ਜਾ ਕੇ ਇਨਵਾਇਰਮੈਂਟ ਕਾ ਮੈਸੇਜ ਦੇਣਾ, ਲੋਕੋ ਵਾਤਾਵਰਣ ਸੇ ਜੋੜਨਾ, ਪਰਿਆਵਰਣ ਸੇ ਜੋੜਨਾ। ਹਮ ਫਲਾਵਰ ਬੇਬੀ ਸ਼ੋ ਵੀ ਕਰਤੇ ਹੈ,
और बड़ी इंटरेस्टिंग बात इसमें है कि इसमें जो बेबी की उम्र रखी है हमने वो 0 से लेकर 100 साल, कोई भी आए कोई भी ज्वाइन करे, हमारा मकसद लोगों में वातावरण के प्रति चेतना जगाना है कि जितना उत्साह हम होली दिवाली वगैरह मनाते हैं तो उतने उत्साह के साथ पेड़ भी लगाने हमारे उतने ज़रूरी हैं। हमने पर्यावरण के 5 प बनाए हुए हैं जिसमें पेड़ पौधे पशु पक्षी पृथ्वी पवन पानी, मेरे को लगता है सबको कुल इकट्ठे बोलना चाहिए, बोलिए पेड़ पौधे पशु पक्षी पृथ्वी पवन पानी, तो ये सब जीवन की निशानी, इनके बिना ख़त्म कहानी। और इंसान अपने भागदौड़ में लगा रहता है, इन 5 प के प्रति हमारा ध्यान नहीं है, पेड़ पौधे लगाता नहीं है, लगे हुए को बचाता नहीं है बल्कि काटने में लगा हुआ है, और पशु पक्षियों को खाने में लगा हुआ है, तो उनको खिलाइए, आप उनको दाना पानी डालोगे आपको बड़ा आनंद महसूस होगा। ये भी जीव जंतु आए हैं धरती पर, हमारे साथ ही आए हैं, तो हमारा कोई हक नहीं बनता उनको खाने का, लेकिन इंसानों ने बना लिया है कि हर चीज़ में नॉनवेज को हम लोग प्रमोट कर रहे हैं, और हमारा खाना पीना ऐसा हो गया उसमें बर्गर है, पिज़्ज़ा है, नूडल्स हैं, मोमोज हैं, तो कुदरत ने जो हमें फल फ्रूट दिए होते हैं हर महीने के हिसाब से दिए होते हैं। और वैसे भी विक्रमी संवत है, ये नव वर्ष है, इसमें जो नया साल है इसमें आप देखिए शुरुआत ही एक बड़े खूबसूरत फल से होती है, उसका नाम है शहतूत। अगर हम शहतूत खाते हैं तो हमारा सारा का सारा खून चेंज हो जाता है, नया बन जाता है, इतना एंटीऑक्सीडेंट है। अभी लुगाट आने वाली है और बड़े बड़े अच्छे फल आएंगे, तो इस फलों के ज़रिए अपना भी मैसेज जाना चाहिए कि हमें अच्छा बनना है, तगड़े बनना है और अच्छा पानी पीना है। अभी पानी जो आरओ का पी रहे हैं वो भी गलत है, आरओ के पानी पीने से हमारा शरीर खोखला होता जा रहा है, तो हमने बहुत समय मैंने डिस्ट्रिक्ट एडमिनिस्ट्रेशन से बात उठाई थी, मैं क्योंकि एनवायरमेंट कमेटी का मेंबर भी हूँ, वो कहते हैं कैसे होगा एनवायरमेंट, इतना सभी लोग आरओ का पानी पी रहे हैं, पर बहुत से वर्ल्ड के कौन लोगों ने अपने देशों ने आरओ को बैन कर दिया है। हरियाणा तो अमृतसर वाल आ रहा खंड का भरिया ट्रक जंडियाला नहर विच जा डिग गया। दरअसल खंड का भरिया ट्रक हरियाणा के करनाल तो अमृतसर आ रहा सी, अज सवेरे जंडियाला नेड़े पुजा तो नहर विच डिग गया, टायरां नूं अग लगन कारण ट्रक का संतुलन विगड़ गया, इस तों बाद ट्रक एकदम नहर विच जा डिगा। हालांकि ट्रक चालक ते क्लीनर गंभीर रूप विच जख्मी होए हन, जिन्हां नूं इलाज लई सिविल हस्पताल भर्ती करवाया गया है। ਫਿਰ ਰੇਲਿੰਗ ਤੋਂ ਡਿੱਗੀ, ਬਚਾਅ ਤੁਹਾਡਾ ਬਚਾਅ ਗਿਆ ਇਕੱਲੇ ਹੋ ਨਾਲ ਹੋਰ ਕੋਈ? ਨਹੀਂ ਨਹੀਂ ਉਹ ਲੜਕਾ ਸੀ ਮੇਰਾ। ਕਿੱਥੋਂ ਕਿੱਥੇ ਆ ਰਹੇ ਤੁਸੀਂ? ਕਿੱਥੋਂ? ਅਸੀਂ ਕਰਨਾਲ ਦਾ ਗੋਹਿੰਦਰੀ ਤੋਂ ਆਉਂਦੇ ਹਾਂ। ਅੱਛਾ, ਕਿੱਥੇ ਜਾਣਾ ਹੈ? ਅਸੀਂ ਹੈਲੋ ਇੱਕ ਮਿੰਟ ਕਿੱਥੇ ਜਾਣਾ ਹੈ? ਹਾਂਜੀ ਇੱਥੇ ਅੰਮ੍ਰਿਤਸਰ। ਅਮਰਜੀਤ ਸਿੰਘ, ਛੋਟਾ ਨਾਮ ਆਪਣਾ ਅਮਨ ਨਾਂ ਲੈ ਕੇ। ਜਿਹੜਾ ਹਾਦਸਾ ਹੋਇਆ ਤੁਸੀਂ ਉਦੋਂ ਕਿੱਥੇ ਅਤੇ ਕੀ ਤੁਹਾਨੂੰ ਪਤਾ ਲੱਗਾ? ਸਰ ਆਪਣੇ ਇੱਥੇ ਲਾਗੇ ਪੱਠੇ ਨਜ਼ਦੀਕ ਵੱਢਦੇ ਸੀ ਅਤੇ ਟਾਇਰ ਫਟਣ ਕਾਰਨ ਯਾਨੀ ਕਿ ਇਹ ਹਾਦਸਾ ਹੋਇਆ। ਜਦੋਂ ਤੁਸੀਂ ਆ ਕੇ ਵੇਖਿਆ ਟਰੱਕ ਡਿੱਗਾ ਹੋਇਆ? ਹਾਂਜੀ ਟਰੱਕ ਡਿੱਗਾ ਹੋਇਆ ਅਤੇ ਟਰੱਕ ਨੂੰ ਟੈਂਕੀ ਫੜਨ ਦੇ ਨਾਲ ਯਾਨੀ ਕਿ ਅੱਗ ਵੀ ਲੱਗੀ ਹੋਈ ਸੀ ਅਤੇ ਨਹਿਰ ਤੋਂ ਪਾਣੀ ਭਰ ਕੇ ਜਾਂਦੇ ਉਹ ਅੱਗ ਬੁਝਾਈ। ਬਟਾਲਾ ਪੁਲਿਸ ਵੱਲੋਂ 3 ਵਿਅਕਤੀਆਂ ਨੂੰ ਅਗਵਾ ਕਰਨ ਦੇ ਮਾਮਲੇ ਦੀ ਗੁੱਥੀ ਕੁਝੀ ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਗਿਆ। ਉੱਥੇ ਇਸ ਮਾਮਲੇ ਵਿੱਚ 2 ਦੋਸ਼ੀ ਜੋ ਟਰੈਵਲ ਏਜੰਟ ਦਾ ਕੰਮ ਕਰਦੇ ਹਨ ਉਹਨਾਂ ਵੱਲੋਂ ਅਗਵਾ ਕਰਨ ਦੀ ਸਾਜਿਸ਼ ਰਚੀ ਗਈ ਹੈ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਸੰਬੰਧੀ ਬਟਾਲਾ ਪੁਲਿਸ SSP ਅਸ਼ਵਨੀ ਗੁਟਿਆਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ 3 ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਸ਼ਿਕਾਇਤ ਮਿਲੀ ਸੀ। ਸਿਟੀ ਪੁਲਿਸ ਸਟੇਸ਼ਨ ਮੇ 11 ਤਰੀਕ ਇੱਕ ਵਾਰਦਾਤ ਹੋਈ ਸੀਗੀ, ਲੇਕਿਨ ਉਹਦਾ ਜੋ ਰਿਪੋਰਟਿੰਗ ਹੈ ਉਹ 12 ਤਰੀਕ ਨੂੰ ਯਾਨੀ ਕੱਲ੍ਹ ਸ਼ਾਮੀ 7 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਪ੍ਰਭਦੀਪ ਸਿੰਘ, ਰਜਿੰਦਰ ਸਿੰਘ ਔਰ ਵਸਨ ਸਿੰਘ ਤੀਨੋਂ ਜੋ ਹੈ ਇਹ ਅੰਮ੍ਰਿਤਸਰ ਦਿਹਾਤੀ ਕੇ ਰਹਿਣ ਵਾਲੇ ਹੈ ਔਰ ਇਹ ਆਏ ਸੀਗੇ ਇੱਥੇ। ਇੱਕ ਸੁਰੇਸ਼ ਕੁਮਾਰ ਹੈਗਾ, ਇਹ ਵੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ,
ਇਹਨੇ ਆਪਣਾ ਇੱਕ ਇਮੀਗ੍ਰੇਸ਼ਨ ਦਾ ਦੁਕਾਨ ਖੋਲ੍ਹਣੀ ਸੀ। ਉਹਨਾਂ ਦੇ ਦੁਕਾਨ ਦੀ ਓਪਨਿੰਗ ਵਾਸਤੇ ਇਹ ਤਿੰਨੋਂ ਆਏ ਸੀਗੇ 11 ਤਰੀਕ ਨੂੰ, ਲੇਕਿਨ ਇਹ 24 ਘੰਟੇ ਬਾਅਦ ਵੀ ਆਪਣੇ ਘਰ ਪਹੁੰਚੇ ਨਹੀਂ ਸੀਗੇ। ਤੋ ਜਦੋਂ ਇਹ ਘਰ ਨਹੀਂ ਪਹੁੰਚੇ ਤੋ ਫਿਰ ਇਹਨੇ ਜੋ ਫੈਮਿਲੀਜ਼ ਹੈਗੇ, ਇਹ ਤਿੰਨਾਂ ਦੀ ਜੋ ਫੈਮਿਲੀਜ਼ ਹੈ, ਉਹਨੇ ਸੁਰੇਸ਼ ਕੁਮਾਰ ਨੂੰ ਪੁੱਛਿਆ ਕਿ ਇੱਦਾਂ ਦੀ ਸਾਡੇ ਜੋ ਘਰ ਦੇ ਮੈਂਬਰਸ ਨੇ ਉਹ ਤੁਹਾਡੇ ਕੋਲ ਆਏ ਸੀਗੇ ਲੇਕਿਨ ਹੁਣ ਤੱਕ ਵਾਪਸ ਨਹੀਂ ਆਏ। ਤੋ ਫਿਰ ਇਹ ਕਹਿੰਦੇ ਰਹੇ ਕਿ ਨਹੀਂ, ਇੱਥੇ ਉੱਥੇ ਗਏ ਹੋਣੇ, ਚੈੱਕ ਕਰ ਦਾਂਗੇ, ਜੋ ਇਹ ਆਸੇ ਪਾਸੇ ਹੋਣਗੇ ਮੈਂ ਤੁਹਾਨੂੰ ਦੱਸ ਦਾਂਗਾ। ਤੋ ਲੇਕਿਨ ਥੋੜ੍ਹੀ ਦੇਰ ਬਾਅਦ ਆਲਮੋਸਟ ਅਰਾਊਂਡ 20 ਇਨਕੇ ਰਾਤੀ ਜੋ 11 ਤਰੀਕ ਰਾਤੀ ਨੂੰ ਇੱਕ ਕਾਲ ਆ ਜਾਂਦੀ ਹੈ ਬਾਹਰਲੇ ਨੰਬਰ ਤੋਂ ਕਿ ਇਹ ਤਿੰਨੋਂ ਜੋ ਹੈਗੇ ਇਹਨਾਂ ਨੂੰ ਅਸੀਂ ਕਿਡਨੈਪ ਕੀਤੇ ਹੈਗੇ ਆ ਔਰ ਸਾਨੂੰ ਤੁਸੀਂ 2.5 ਕਰੋੜ ਰੁਪਏ ਦੇ ਦਿਓ, ਜਦੋਂ 2.5 ਕਰੋੜ ਦਿਓਗੇ ਤਾਂ ਫਿਰ ਤੁਹਾਡਾ ਬੰਦਾ ਵਾਪਸ ਆਊਗਾ, ਨਹੀਂ ਤਾਂ ਫਿਰ ਉਹਨਾਂ ਦਾ ਲਾਸ਼ ਆਊਗਾ। ਇਹ ਤੋਂ ਬਾਅਦ ਵੀ ਜੋ ਫੈਮਿਲੀ ਮੈਂਬਰਸ ਨੇ ਇਹਨੇ ਸੁਰੇਸ਼ ਕੁਮਾਰ ਨਾਲ ਹੀ ਟੱਚ 'ਤੇ ਰਹੇ, ਇਹਨੇ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ ਸੀ। ਫਿਰ ਫਾਈਨਲੀ ਇਹਨੇ ਥੱਕੇ ਹਾਰ ਕੇ ਜਦੋਂ ਉਹਨਾਂ ਨੂੰ ਕੋਈ ਉਹਦੇ 'ਚ ਸਹਾਰਾ ਨਹੀਂ ਮਿਲਿਆ ਜਾਂ ਉਹਨਾਂ ਨੂੰ ਕੋਈ ਅੱਗੇ ਦੀ ਇਨਫੋਰਮੇਸ਼ਨ ਨਹੀਂ ਮਿਲੀ, ਤਾਂ ਫਿਰ ਇਹਨੇ ਬਟਾਲਾ ਪੁਲਿਸ ਨੂੰ ਇਨਫੋਰਮ ਕੀਤੀ ਕਿ ਸਾਡੇ ਘਰ ਦੇ ਜੋ 3 ਮੈਂਬਰਸ ਨੇ ਇਸ ਤਰੀਕੇ ਨਾਲ ਜੋ ਮਿਸ ਹੋਏ ਹੋਏ ਨੇ। ਤੋ ਇਹਦੇ ਉੱਤੇ ਇਮੀਡੀਏਟਲੀ ਐਕਟ ਕਰਦੇ ਹੋਏ ਬਟਾਲਾ ਪੁਲਿਸ ਜੋ ਸਿਟੀ ਸਬ ਡਿਵੀਜ਼ਨ ਸਿਟੀ ਕਾ ਜੋ ਆਪਣੀ ਟੀਮ ਹੈ SHO ਸਿਟੀ ਔਰ DSP ਸਿਟੀ, ਉਹਨੇ ਇਮੀਡੀਏਟਲੀ ਸੁਰੇਸ਼ ਕੁਮਾਰ ਉਹਨਾਂ ਨੂੰ ਬੁਲਾਇਆ ਆਪਣੇ ਕੋਲ ਔਰ ਉਹਨਾਂ ਨਾਲ ਜਦੋਂ ਚੰਗੀ ਪੱਤਰ ਨਾਲ ਉਹਨਾਂ ਦੀ ਗੱਲਬਾਤ ਹੋਈ, ਉਹਨਾਂ ਨਾਲ ਇੰਟਰੋਗੇਸ਼ਨ ਹੋਈ, ਤਾਂ ਉਹਦੇ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਇੱਕ ਭੂਸ਼ਣ ਸਿੰਘ ਨਾਂ ਦਾ ਵਿਅਕਤੀ ਉਹ ਵੀ ਆਇਆ ਸੀਗਾ ਇੱਥੇ 11 ਤਰੀਕ ਨੂੰ, ਉਹ ਪਠਾਨਕੋਟ ਦਾ ਰਹਿਣ ਵਾਲਾ ਹੈਗਾ, ਉਹਨੇ ਇਨ ਤਿੰਨਾਂ ਨੂੰ ਆਪਣੇ ਕੋਲ ਬਿਠਾ ਕੇ ਲੈ ਗਿਆ, ਉਹ ਵੀ 11 ਤਰੀਕ ਹੀ ਲੈ ਗਿਆ ਔਰ ਕਿੱਥੇ ਲੈ ਗਿਆ ਕਿਉਂ ਲੈ ਗਿਆ ਇਹਨਾਂ ਨੂੰ ਪਤਾ ਨਹੀਂ ਸੀਗਾ। ਫਿਰ ਲੇਕਿਨ ਇਹ ਬਾਅਦ 'ਚ ਸਾਨੂੰ ਪਤਾ ਚੱਲਿਆ ਕਿ ਇਹਨੇ ਪੈਸੇ ਲੈਣਾ ਸੀਗਾ ਇਹਨਾਂ ਤੋਂ, ਉਹ ਵੀ ਹਾਲੇ ਤਫਤੀਸ਼ 'ਤੇ ਚੱਲ ਰਹੀ ਹੈਗੀ ਕਿ ਕਿਸ ਚੀਜ਼ ਦਾ ਪੈਸੇ ਹੈਗੇ, ਕਿੰਨੇ ਪੈਸੇ ਨੇ। ਇਹਨੇ ਆਪਣੇ ਕੋਲ ਗੱਡੀ 'ਚ ਬਿਠਾ ਕੇ ਲੈ ਗਿਆ ਭੂਸ਼ਣ ਸਿੰਘ ਔਰ ਮੁਕੇਰੀਆ ਦੇ ਕੋਲ ਕਿੱਥੇ ਇਹਨਾਂ ਨੂੰ ਛੱਡ ਦਿੱਤਾ, ਇਹਨਾਂ ਦੀ ਅੱਖ 'ਚ ਪੱਟੀ ਬੰਨ ਕੇ ਇੱਕ ਜੋ ਖੇਤ ਦੇ ਵਿੱਚ ਇਹਨਾਂ ਨੂੰ ਛੱਡ ਕੇ ਉਹ ਪਠਾਨਕੋਟ ਵਾਪਸ ਚੱਲ ਗਿਆ। ਇਹ ਲੇਕਿਨ ਇਹਦਾ ਪਿੱਛੇ ਸਾਰਾ ਜੋ ਮਾਸਟਰ ਮਾਈਂਡ ਸੀਗਾ ਉਹ ਭੂਸ਼ਣ ਸਿੰਘ ਦਾ ਬੇਟਾ ਹੈਗਾ ਬੀਰ ਸਿੰਘ, ਉਹ ਹੁਣ ਬਾਹਰ ਬੈਠਾ ਹੋਇਆ, ਉੱਥੋਂ ਦੀ ਇਹ ਚਲਾ ਰਿਹਾ ਸੀਗਾ। ਇਨਫੈਕਟ ਇਹ ਬਾਹਰਲੇ ਨੰਬਰ ਤੋਂ ਇਹਨਾਂ ਦੇ ਜੋ ਰਜਿੰਦਰ ਸਿੰਘ ਹੈ, ਵਨ ਆਫ ਦ ਵਿਕਟਿਮ ਜੋ ਸੀਗਾ, ਉਹਦਾ ਵਾਈਫ ਨੂੰ ਹੀ ਇਹਨੇ ਫੋਨ ਕੀਤਾ ਸੀ ਜੋ 2.5 ਕਰੋੜ ਦੇ ਬਾਰੇ। ਜਦੋਂ ਇਹਨਾਂ ਨੇ ਮੁਕੇਰੀਆ 'ਚ ਛੱਡ ਦਿੱਤਾ ਸੀਗਾ, ਉੱਥੇ ਦੀ ਦੋ ਮੁੰਡੇ ਹੋਰ ਆਏ, ਉਹ ਆ ਕੇ ਇਹਨੂੰ ਆਪਣੇ ਕੋਲ ਲੈ ਕੇ ਚੱਲ ਗਏ, ਇਹਨੂੰ ਰਾਤੀ ਵੱਖ ਵੱਖ ਥਾਵਾਂ 'ਤੇ ਰੱਖਤਾ। ਜਦੋਂ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀਗੀ ਇਮੀਡੀਏਟਲੀ ਅਸੀਂ ਰੇਡ ਕੀਤਾ ਸੀਗਾ ਪਠਾਨਕੋਟ ਔਰ ਉੱਥੋਂ ਦੀ ਭੂਸ਼ਣ ਸਿੰਘ ਔਰ ਜੋ ਗੱਡੀ ਇਹਨੇ ਇਹਨਾਂ ਨੂੰ ਪਿੱਕ ਕਰਨੇ ਕੇ ਲਈ ਯੂਜ਼ ਕੀਆ ਥਾ, ਉਹ ਗੱਡੀ ਦੋਵੇਂ ਜੋ ਹੈਗੇ ਰਿਕਵਰ ਹੋ ਗਏ ਨੇ ਔਰ ਭੂਸ਼ਣ ਸਿੰਘ ਦੇ ਪੁੱਛਗਿੱਛ ਦੇ ਵਿੱਚ ਇਸ ਚੀਜ਼ ਸਾਹਮਣੇ ਆਈ ਸੀਗੀ ਜੋ ਬੀਰ ਸਿੰਘ ਹੈ ਜੋ ਭੂਸ਼ਣ ਸਿੰਘ ਦਾ ਬੇਟਾ ਆ, ਉਹਨੇ ਇਹਨਾਂ ਤੋਂ ਪੈਸੇ ਲੈਣੇ ਸੀਗੇ, ਉਹਦੇ ਕਰਕੇ ਇਹਨੇ ਸੁਰੇਸ਼ ਕੁਮਾਰ ਦੇ ਨਾਲ ਮਿਲ ਕੇ ਇਹ ਸਾਰਾ ਸਾਜਿਸ਼ ਰਚਿਆ ਸੀਗਾ ਔਰ ਉਹਨਾਂ ਨਾਲ ਅਸੀਂ ਕਮਿਊਨੀਕੇਸ਼ਨ ਐਸਟੈਬਲਿਸ਼ ਕੀਤੇ। ਕਮਿਊਨੀਕੇਸ਼ਨ ਐਸਟੈਬਲਿਸ਼ ਕਰਕੇ ਅੱਜ ਸਵੇਰੇ ਉਹਨਾਂ ਨੂੰ ਰਿਕਵਰ ਕਰਾਤੇ, ਜੋ ਤਿੰਨੋਂ ਹੈਗੇ ਆ ਜੋ ਵਿਕਟਿਮ ਸੀਗੇ ਜੋ ਹੋਸਟੇਜ ਸੀਗੇ, ਇਹਨਾਂ ਨੂੰ ਤਿੰਨਾਂ ਨੂੰ ਅਸੀਂ ਰਿਕਵਰ ਕਰ ਚੁੱਕੇ ਹੈਗੇ ਆ, ਹੁਣ ਉਹ ਵਾਪਸ ਸੇਫਲੀ ਵਾਪਸ ਆ ਗਏ ਨੇ ਔਰ ਜੋ ਇਹਦੇ ਵਿੱਚ ਮੇਨ ਕੰਸਪੀਰੇਟਰ ਸੀਗੇ ਭੂਸ਼ਣ ਸਿੰਘ ਔਰ ਜੋ ਸੁਰੇਸ਼ ਕੁਮਾਰ ਹੈ, ਦੋਵਾਂ ਦੀ ਇਹਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਅਸੀਂ ਮਾਨਯੋਗ ਅਦਾਲਤ ਨੂੰ ਐਪਲੀਕੇਸ਼ਨ ਦਿੱਤੀ ਹੈਗੀ ਇਹਨਾਂ ਦਾ ਰਿਮਾਂਡ ਵਾਸਤੇ, ਤਾਂ ਕਿ ਆਪਾਂ ਅੱਗੇ ਇਹਦੇ ਵਿੱਚ ਹੋਰ ਵੀ ਜੋ ਐਂਗਲਸ ਹੈਗੇ ਉਹਨਾਂ ਨੂੰ ਅਸੀਂ ਤਫਤੀਸ਼ ਕਰ ਸਕੀਏ ਜੀ। ਪਹਿਲੇ ਤਾਂ ਇਹਨਾਂ ਦੇ ਉੱਤੇ ਕੋਈ ਵਾਰਦਾਤ ਨਹੀਂ ਹੈ ਜੀ, ਅਭੀ ਤੱਕ ਤੋਂ ਜਿੰਨੇ ਵੀ ਜੋ ਵੀ ਇਹਦੇ ਵਿੱਚ ਮੁਲਜ਼ਮ ਹੈਗੇ ਕਿਸੇ ਦੇ ਉੱਤੇ ਕੋਈ ਕ੍ਰਿਮੀਨਲ ਕੇਸਿਸ ਹੈ ਨਹੀਂ।
ਪੈਸੇ ਦੀ ਹਾਲੇ ਤੱਕ ਜੋ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੈਗੀ ਜੀ ਉਹਦੇ ਵਿੱਚ ਤਾਂ ਇਹੀ ਆ ਰਿਹਾ ਕਿ ਇਹਨਾਂ ਦੀ ਆਪਸ 'ਚ ਪੈਸੇ ਦੇ ਲੈਣ ਦੇਣ ਸੀ। ਜਲੰਧਰ ਦੇ ਨਿਊ ਮਾਡਲ ਹਾਊਸ 'ਚ ਇੱਕ ਵਿਅਕਤੀ ਨੇ ਬਾਈਕ ਨੂੰ ਖੜੀ ਕਾਰ ਨਾਲ ਟੱਕਰ ਮਾਰ ਦਿੱਤੀ ਤੇ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਾਈਕ ਸਵਾਰ ਅਚਾਨਕ ਹੇਠਾਂ ਡਿੱਗ ਗਿਆ ਤੇ ਆਵਾਜ਼ ਸੁਣ ਕੇ ਮਹਿਲਾ ਨਿਵਾਸੀ ਬਾਹਰ ਆ ਗਈ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਬਾਈਕ ਸਵਾਰ ਨਸ਼ੇ ਵਿੱਚ ਸੀ ਤੇ ਪਰ ਬਾਈਕ ਸਵਾਰ ਦਾ ਕਹਿਣਾ ਹੈ ਕਿ ਜੇਕਰ ਉਹ ਮੇਰਾ ਟੈਸਟ ਕਰਵਾ ਲਵੇ ਤਾਂ ਅਜਿਹਾ ਕੁਝ ਵੀ ਨਹੀਂ ਹੋਵੇਗਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੇਟ ਤੋੜ ਗਿਆ, 100 ਦੀ ਸਪੀਡ ਤੇ ਨਿਕਲਦਾ ਜੀ, ਗੇਟ ਤੋੜ ਗਿਆ ਨਸ਼ਾ। ਕਿੰਨੇ ਕੁ ਦਿਨ ਪਹਿਲੇ ਆਇਆ ਸੀ? ਇਹ ਕਹ ਲਓ ਕਿ ਭਾਜੀ ਕਿੰਨੇ, ਮੈਂ 20 ਕੁ ਦਿਨ ਹੀ ਹੋਏ ਸੀ ਅੰਦਰ ਨੂੰ ਛੱਡਤਾ ਹੀ ਗੱਲ, ਬੰਦੇ ਨੇ ਬੈਂਕ ਨੂੰ ਬੁਲਾਇਆ ਜੀ। ਅੱਜ ਫੇਰ ਆਇਆ, ਆ ਦੇਖ ਕੈਮਰਾ ਕਰ ਲਓ ਤੁਸੀਂ, ਅੱਜ ਵੀ 100 ਦੀ ਸਪੀਡ ਤੇ ਆਇਆ, ਹੱਥੇ ਡਿੱਗਾ ਇੱਧਰ ਵੀ ਕੁੜੀ ਸਹੀ ਕੰਟੀ ਸੀ, ਚਲੋ ਉਹਦੇ ਬਚਾਅ ਹੋ ਗਿਆ ਉਹਨਾਂ ਦਾ, ਜਿਹੜੀ ਹੈ ਮੇਰੀ ਆ ਤੁਸੀਂ ਦੇਖ ਲਓ। ਕਿਰਪਾ ਜੀ ਕੀ ਲੱਗਦਾ ਹੋਗਾ ਤੁਹਾਨੂੰ ਉਹਦੇ ਵਿੱਚ? ਪੁਲਿਸ ਵਾਲਿਆਂ ਦੇਖ ਲਿਆ ਜੀ, ਉਹਦੇ ਕੋਲ ਫੋਨ ਨਹੀਂ ਫੜਿਆ ਜਾਂਦਾ ਵੀ ਆਪਣਾ। ਕੀ ਪ੍ਰਸ਼ਾਸਨ ਤੋਂ ਕੀ ਮੰਗ ਮੰਗਦੇ ਭਾਜੀ? ਕਾਰਵਾਈ ਕਰੋ, ਜੋ ਸਾਡਾ ਬੰਦਾ ਸਾਨੂੰ ਬੁਲਾਓ। ਸਰ ਕੀ ਨਾਂ ਕੀ ਆਪਣਾ ਜੀ? ਰਨੇਸ਼ ਸਿੰਘ। ਸਰ ਕੀ ਮਾਮਲਾ ਕੀ ਹੈ ਜੀ? ਐਕਸੀਡੈਂਟ ਹੋਇਆ ਜੀ। ਕਿੱਦਾਂ ਹੋਇਆ ਜੀ ਐਕਸੀਡੈਂਟ? ਅਸੀਂ ਤਾਂ ਮੌਕੇ 'ਤੇ ਆਏ ਹਾਂ, ਦੇਖਿਆ ਐਕਸੀਡੈਂਟ ਹੋਇਆ, ਦੱਸਿਆ ਕੰਪਲੇਂਟ ਐਕਸੀਡੈਂਟ ਹੋਇਆ। ਸਰ ਤਫਦੀਸ਼ ਕੀਤੀ ਹੈ ਨਾ ਤੁਸੀਂ? ਅਤੇ ਕੀ ਤੁਹਾਨੂੰ ਮਿਲਿਆ ਉਹਦੇ ਵਿੱਚ? ਬੰਦਾ ਜਿਹੜਾ ਆਪਣੇ ਜਿਹੜੇ ਨੇ ਮਾਰੀ ਗੱਡੀ, ਉਹ ਬੰਦਾ ਮਿਲਿਆ, ਉਹਨੂੰ ਲੈ ਕੇ ਥਾਣੇ ਜਾ ਰਿਹਾ ਭਾਜੀ। ਪਕੜੀ ਦਾ ਕਹਿਣਾ ਹੈ ਕਿ ਉਹਨੇ ਨਸ਼ਾ ਕੀਤਾ ਹੋਇਆ ਵਾ। ਜਲੰਧਰ 'ਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਵਿਅਕਤੀ ਨੇ ਆਪਣੀ ਪਤਨੀ ਤੇ ਨਜਾਇਜ਼ ਸਬੰਧਾਂ ਦਾ ਦੋਸ਼ ਲਗਾਇਆ। ਦੱਸ ਦਈਏ ਕਿ ਥਾਣਾ ਡਿਵੀਜ਼ਨ ਨੰਬਰ 8 ਦੇ ਬਾਹਰ ਭਾਰੀ ਹੰਗਾਮਾ ਹੋਇਆ। ਪਹਿਲਾਂ ਤਾਂ ਮੌਕੇ ਤੇ ਹੀ ਪਤੀ ਪਤਨੀ 'ਚ ਬਹਿਸ ਹੋਈ ਅਤੇ ਫਿਰ ਮਾਮਲਾ ਸਰੀਰਕ ਤਕਰਾਰ ਤੱਕ ਪਹੁੰਚ ਗਿਆ। ਪਤੀ ਨੇ ਦੋਸ਼ ਲਗਾਇਆ ਹੈ ਕਿ ਉਸਦੀ ਪਤਨੀ ਉਸਦੇ ਪ੍ਰੇਮੀ ਨਾਲ ਮਿਲ ਕੇ ਉਸਨੂੰ ਤੰਗ ਪਰੇਸ਼ਾਨ ਕਰ ਰਹੀ ਸੀ ਤੇ ਇਸ ਸੰਬੰਧੀ ਥਾਣਾ ਸਦਰ ਵਿੱਚ ਸ਼ਿਕਾਇਤ ਵੀ ਦਿੱਤੀ ਗਈ ਹੈ। ਇਸ ਲਈ ਜਦੋਂ ਉਹ ਥਾਣੇ ਪਹੁੰਚਿਆ ਤਾਂ ਥਾਣੇ ਵਿੱਚ ਉਸਦੀ ਕੁੱਟਮਾਰ ਵੀ ਕੀਤੀ ਗਈ। ਬੰਗਾਲ ਬੰਗਾਲ ਨੀਅਤ ਖਰਾਬ ਹੈ। ਮੈਂ ਇਸਕਾ ਨਾਮ ਤੋ ਜ਼ਮੀਨ ਕਿਉਂ ਹੂੰ, 2 ਸਾਲ ਹੋ ਗਿਆ ਉਸ ਲੜਕੇ ਕਾ ਸਾਥ ਇਸਕਾ ਚੱਕਰ ਚਲਤਾ ਹੈ। ਕੱਲ ਨਾਮ ਲੜਕਾ ਕਾ ਨਾਮ ਹੈ ਯਥੀ ਤੁਹਾਰਾ ਕਿਆ ਨਾਮ? ਆਰਾਮ ਸੇ ਬਤਾ, ਆਰਾਮ ਸੇ ਬਤਾ। ਕਹਾਂ ਰਹਤੇ ਹੋ? ਸੰਤੋਸ਼ਪੁਰਾ ਮੇਰਾ ਤਾਂ 11 ਨੰਬਰ ਗਲੀ ਮੇਂ। ਕਿਆ ਕਾਮ ਕਰਤੇ ਹੋ? ਹਾਂ ਕਿਆ ਕਾਮ ਕਰਤੇ ਹੋ? ਇੱਕ ਇੱਕ ਕਰਕੇ ਪੁੱਛੋ, ਇੱਕ ਇੱਕ ਕਰਕੇ ਪੁੱਛੋ। ਅਬ ਕਿਆ ਹੁਆ, ਅਬ ਕਿਆ ਹੁਆ? ਮੈਂ ਥਾਣੇ ਮੇਂ ਆਇਆ। ਮੈਂ ਨਾ, ਮੇਰੇ ਕੋ ਬਹੁਤ ਮਾਰਾ ਹੈ, ਮੇਰਾ ਰੀੜ ਤੋੜ ਦਿਆ। ਕਿਸਨੇ ਮਾਰਾ? ਕਿਸਨੇ ਮਾਰਾ? ਪੁਲਿਸ ਨੇ। ਅੰਦਰ ਬਾਥਰੂਮ ਮੇਂ
घुसा के मेरा जनानी बुबू लेके गई थी, तो मेरा कान पर चादर फट गया है। वही बताई है की मेरे को अति करना है, बोलता है तिलाक लेना, इसलिए मेरे को मारी है। हुसैन सुनो मेरी बात, पुलिस लोग मारे है। तुम अपनी औरत पे इतने गहरे इल्जाम लगा रहे हो, तुम्हें पता है इसका मतलब? पता पता है तो मैं देखा हूँ ना खुद आग से ना। प्रूफ है सर? सबूत है आपके पास? सबूत है, मैं आग से देखा हूँ। सबूत है तुम्हारे पास? स्टेशन पर गई थी। सुनो सुनो बात सुनो, क्या हुआ शहीद कौम का अणमुला सरमाया होंगे कौमां जिंदा रहिंदियां जो अपने शहीदां का सत्कार करदियां ने। शब्दों का प्रगटावा आम आदमी पार्टी के विधायक कुंवर विजय प्रताप सिंह ने किया। जिला प्रशासन वालों जलियांवाले बाग विखे शहीदां नूं श्रद्धांजलि समागम भी रखा गया। उन्होंने कहा कि जंडियाला बाग के शहीदां ने देश की आजादी की लड़ाई नूं होर तेज किया, जिसकी बदौलत असी आजाद फिजा का निग मान रहे हां। जनरल डायर ने जिस तरीके से गोलियां चलाई थी आज के दिन, और जो हमारे लोग शहीद हुए थे, उनकी आत्मा की शांति के लिए हम आज का कार्यक्रम रखते हैं। लेकिन मैं यही कहूँगा कि जो उनके सपने हैं, उनके सपने अधूरे रह गए हैं। उन सपनों को जब तक हम पूरा नहीं करते हैं, तब तक सच्ची श्रद्धांजलि नहीं होगी। और हम सबसे यही आग्रह करेंगे कि उनके सपनों को, शहीदों के सपनों को साकार करना है, फिर जाकर के हम कहेंगे कि सही मायने में उनको श्रद्धांजलि मिलेगी। पूरे कितने करने हैं सरकार तुम्हारी, पूरे कितने करने? देखो जी, इतने राजनीति की कोई गल नहीं है जी, राजनीति की कोई ना। मेरी गल समझ नहीं पाए, मैं किसी होर दिन तुहाडे नाल गल करांगा, ठीक है जी। शहीद कौम का अणमुला सरमाया होंगे अते ओही कौमां जिंदियां रहिंदियां जो अपने शहीदां का सत्कार करदियां ने। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲਿਆਂਵਾਲੇ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਸੀ ਤੇ ਉਹਨਾਂ ਕਿਹਾ ਕਿ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਹੋਰ ਤੇਜ਼ ਕੀਤਾ ਸੀ, ਜਿਸ ਦੀ ਬਦੌਲਤ ਅਸੀਂ ਆਜ਼ਾਦ ਫਿਜ਼ਾ ਦਾ ਨਿੱਘ ਮਾਣ ਰਹੇ ਹਾਂ। ਅਮਰਤਪਾਲ ਰਾਮਗੜ੍ਹੀਆ ਬਰਾਦਰੀ ਨੂੰ ਬਿਲੋਂਗ ਕਰਦਾ। ਮੈਂ ਸੀਨੀਅਰ ਕਾਂਗਰਸੀ ਆਗੂ ਹਾਂ। ਜੋ ਸਟੇਟਮੈਂਟ ਲਾਲਜੀਤ ਭੁੱਲਰ ਮੰਤਰੀ ਸਾਹਿਬ ਨੇ ਦਿੱਤੀ ਆ ਸਾਡੀ ਬਰਾਦਰੀ ਬਾਰੇ, ਰਾਮਗੜ੍ਹੀਆ ਬਰਾਦਰੀ ਬਾਰੇ ਅਤੇ ਸੁਨਹਿਰਾ ਬਰਾਦਰੀ ਬਾਰੇ, ਅਸੀਂ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਪੰਜਾਬ ਦੇ ਜਿੰਨੇ ਸਾਡੀ ਬਰਾਦਰੀ ਦੇ ਸੰਬੰਧ ਰੱਖਦੇ ਆ, ਅਸੀਂ ਇਹਦੀ ਘੋਰ ਨਿਖੇਧੀ ਕਰਦੇ ਹਾਂ। ਹੋਰ ਇਸ ਇਨਸਾਨ ਨੂੰ ਇਹ ਕੈਬਨਿਟ ਮੰਤਰੀ ਹੋਣ ਕਰਕੇ ਜਿਹੋ ਜਿਹੇ ਲਫ਼ਜ਼ ਬੋਲੇ ਆ ਉਹਦੀ ਘੋਰ ਨਿੰਦਾ ਕਰਦੇ ਹਾਂ ਅਤੇ ਇਹਦੀ ਵਿਰੋਧਤਾ ਕਰਦੇ ਹਾਂ। ਅਸੀਂ ਭਗਵੰਤ ਮਾਨ ਸਿੰਘ ਸੀ ਐੱਮ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਸ ਨੂੰ ਕੈਬਨਿਟ ਦੇ ਵਿੱਚੋਂ ਕੱਢਿਆ ਜਾਵੇ ਅਤੇ ਇਹਦੇ ਬਣਦੀ ਕਾਨੂੰਨੀ ਕਾਰਵਾਈ ਇੱਥੇ ਕੀਤੀ ਜਾਵੇ। ਨਾਲੇ ਸਪੀਕਰ ਸਦਵਾ ਜੀ ਜੋ ਕਿ ਸਾਡੇ ਇਸ ਬਰਾਦਰੀ ਨੂੰ ਸੰਬੰਧ ਰੱਖਦੇ ਆ, ਉਹਨਾਂ ਗਾੜੀ ਵੀ ਬੇਨਤੀ ਕਰਾਂਗੇ ਕਿ ਇਹੋ ਜਿਹੇ ਲਾਲਜੀਤ ਭੁੱਲਰ ਮੰਤਰੀ ਸਾਹਿਬ ਨੂੰ ਜੋ ਕਿ ਬਰਾਦਰੀਆਂ 'ਚ ਪਾੜਾ ਪਾਉਂਦੇ ਆ, ਇਹਨੂੰ ਇੱਥੋਂ ਨਿਕਲਣਾ ਚਾਹੀਦਾ, ਆਪਣੀ ਕੈਬਨਿਟ 'ਚੋਂ ਕੱਢਣਾ ਚਾਹੀਦਾ ਅਤੇ ਤੁਰੰਤ ਇਸ 'ਤੇ ਕਾਰਵਾਈ ਕੀਤੀ ਜਾਵੇ। ਇਹ ਨਹੀਂ ਸਾਡੀ ਰਾਮਗੜ੍ਹੀਆ ਬਰਾਦਰੀ ਨੂੰ ਗੁੱਲੀ ਘੜ ਗਿਆ, ਜੋ ਕਿ ਜਿੱਤੇ ਕੇ ਇੱਕ ਬਹੁਤ ਘਰਾਉਣੀ ਇਹਨੇ ਹਰਕਤ ਕੀਤੀ ਆ ਸੁਨਹਿਰਾ ਬਰਾਦਰੀ, ਜਦਕਿ ਆਪਣੇ ਪੰਜਾਬ ਦੇ ਵਿੱਚ ਹਿੰਦੁਸਤਾਨ 'ਚ ਕੋਈ ਬਰਾਦਰੀ ਦਾ ਸਿਸਟਮ ਨਹੀਂ ਹੈਗਾ। ਰਾਮਗੜ੍ਹੀਆ ਸਮਾਜ ਅਤੇ ਸਵਰਨਕਾਰ ਸਮਾਜ ਨੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਖਿਲਾਫ਼ ਪ੍ਰੈਸ ਕਾਨਫਰੰਸ ਕੀਤੀ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਰਾਮਗੜ੍ਹੀਆ ਭਾਈਚਾਰੇ ਖਿਲਾਫ਼ ਕਈ ਜਾਤੀ ਸੂਚਕ ਸ਼ਬਦ, ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਵੱਖ ਵੱਖ ਮੰਤਰਾਲਿਆਂ ਤੋਂ
ਬਰਖਾਸਤ ਵੀ ਕੀਤਾ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਖਿਲਾਫ ਚੋਣ ਕਮਿਸ਼ਨ ਪੰਜਾਬ ਨੂੰ ਸ਼ਿਕਾਇਤ ਵੀ ਕੀਤੀ ਜਾਵੇਗੀ। ਇਹ ਜਿੱਥੇ ਆਪਾਂ ਬੈਠੇ ਹਾਂ ਅੰਮ੍ਰਿਤਸਰ ਸ਼ਹਿਰ ਦਾ ਦਿਲ ਏਰੀਆ ਹੈ, ਨਾਵਲਟੀ ਚੌਕ ਹੈ, ਹੀਰਾ ਪਨੀਰ ਵਾਲਾ। ਇਹਦੀ ਚਾਹ ਦਾ ਮੈਂ ਬੜਾ ਸ਼ੌਕੀਨ ਹਾਂ, ਇਹਦੇ ਪਕੌੜਿਆਂ ਦੇ ਬੜੇ ਸ਼ੌਕੀਨ ਹੈ, ਪਨੀਰ ਵਾਲੇ ਪਕੌੜੇ। ਅਤੇ ਉਹ ਲੰਘਦੇ ਸੀਗੇ, ਦਿਲ ਕੀਤਾ ਕਿਤੇ ਨਾਲੇ ਆਪਣੇ ਭੈਣ ਭਰਾਵਾਂ ਨੂੰ ਮਿਲਾਂਗੇ, ਨਾਲੇ ਚਾਹ ਪੀਂਦੇ ਹਾਂ। ਬਸ ਆਪਣੇ ਭੈਣ ਭਰਾਵਾਂ ਨੂੰ ਅੰਮ੍ਰਿਤਸਰੀਆਂ ਨੂੰ ਮਿਲਣਾ ਹੈ। ਬੜਾ ਵਧੀਆ, ਸਾਰਿਆਂ ਨੇ ਬੜਾ ਪਿਆਰ ਕੀਤਾ, ਬੜਾ ਸਤਿਕਾਰ ਕੀਤਾ। ਔਰ ਚਾਹ ਪੀਣ ਦੇ ਲੁਤਫ ਲੈਣ ਲੱਗੇ, ਤੁਹਾਨੂੰ ਵੀ ਪਿਆਉਂਦੇ ਹਾਂ, ਬੈਠੋ ਤੁਸੀਂ, ਚਾਹ ਪੀਂਦੇ ਆਪਾਂ ਸਾਰੇ, ਚੱਲ ਚਾਹ ਪੀਣਾ ਹੈ। ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨਜ਼ਦੀਕ ਆ ਚੁੱਕੀਆਂ ਵਾ ਅਤੇ ਹਰ ਸਿਆਸੀ ਪਾਰਟੀ ਜਿਹੜੀ ਆ ਆਪਣਾ ਮੈਨੀਫੈਸਟੋ ਜਾਰੀ ਕਰੀ ਆ। ਅੱਜ ਬੀਜੇਪੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ, ਬੜੇ ਵੱਡੇ ਵੱਡੇ ਵਾਅਦੇ ਜਿਹੜੇ ਆ ਉਹ ਕੀਤੇ। ਕਦੀ ਜਾਣਦੇ, ਦੇਖੋ ਅਸੀਂ ਜੋ ਕਹਿੰਦੇ ਉਹ ਕਰਦੇ ਹਾਂ, ਜੋ 22 'ਚ ਗਰੰਟੀਆਂ ਦਿੱਤੀਆਂ ਸੀ ਉਹ ਪੂਰੀਆਂ ਕੀਤੀਆਂ। ਹੁਣ ਵੀ ਜੋ ਦਾਂਗੇ ਅਸੀਂ ਮੈਨੀਫੈਸਟੋ ਨਹੀਂ ਜਾਰੀ ਕਰਦੇ, ਅਸੀਂ ਤਾਂ ਗਰੰਟੀ ਦਾਂਗੇ ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ। ਠੀਕ ਹੈ ਕਿ ਨਹੀਂ ਗੱਲ, ਉਹ ਦਿਆਂਗੇ, ਅਸੀਂ ਵੀ ਦਿਆਂਗੇ, ਕੋਈ ਗੱਲ ਨਹੀਂ। ਬੀਜੇਪੀ ਦੇ ਨਾਲ ਪਹਿਲਾਂ ਕੁਝ ਕੀਤਾ ਤਾਂ ਹੁਣ ਕਰਨਾ ਗੱਲਾਂ ਦਾ ਉਹ ਕੜਾਹ ਬਣਾਉਂਦੇ। ਅੱਜ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਹਾੜਾ ਹੈ, ਉੱਥੇ ਗਏ ਸੀ ਅਸੀਂ, ਕਸਮ ਖਾ ਕੇ ਆਏ ਹਾਂ ਕਿ ਹਿੰਦੁਸਤਾਨ ਦੇ ਸੰਵਿਧਾਨ ਨੂੰ ਬਚਾਉਣਾ, ਹਿੰਦੁਸਤਾਨ ਦੇ ਸੰਵਿਧਾਨ ਨੂੰ ਸਭ ਬਚਾਉਣਾ। ਉਹ ਕਸਮ ਖਾ ਕੇ ਆਏ ਕਿ ਬਾਬਾ ਸਾਹਿਬ ਦਾ ਲਿਖਿਆ ਜਿਹੜਾ ਸੰਵਿਧਾਨ ਕਿਹਨੂੰ, ਉਹਨੂੰ ਆ ਚ ਨਹੀਂ ਆਉਂਦਾ, ਇਹ ਦੇਸ਼ ਦੇ ਲੋਕਾਂ ਦਾ, ਗਰੀਬਾਂ ਦਾ, ਆਮ ਲੋਕਾਂ ਦਾ। ਬਾਬਾ ਸਾਹਿਬ ਨੇ ਜਿਹੜੇ ਸਾਨੂੰ ਅਧਿਕਾਰ ਲੈ ਕੇ ਦਿੱਤੇ, ਅਸੀਂ ਇਹ ਸੰਵਿਧਾਨ ਨੂੰ ਆ ਚ ਵੀ ਆਉਂਦਿਆਂਗੇ, ਜਦੋਂ ਕਿ ਬੀਜੇਪੀ ਸੰਵਿਧਾਨ ਖਤਮ ਕਰਨਾ ਚਾਹੁੰਦੀ, ਡੈਮੋਕ੍ਰੇਸੀ ਖਤਮ ਕਰਦੀ ਹਿੰਦੁਸਤਾਨ 'ਚ। ਜਿਹੜਾ ਬੋਲਦਾ ਆਜ਼ਾਦੀ, ਜਿਹੜੀ ਆਵਾਜ਼ ਦੀ ਆਜ਼ਾਦੀ ਸਾਨੂੰ ਬਾਬਾ ਸਾਹਿਬ ਨੇ ਦਵਾਈ, ਅੱਜ ਜਿਹੜੇ ਅਸੀਂ ਬੈਠੇ ਆਜ਼ਾਦੀ ਦਾ ਨਿਗਮ ਆ ਰਹੇ, ਇਹ ਬਾਬਾ ਸਾਹਿਬ ਦੀ ਦੇਣ, ਸ਼੍ਰੀ ਭਗਤ ਸਿੰਘ ਦੀ ਦੇਣ ਸੀ। ਸੋ ਬੀਜੇਪੀ ਦੇ ਕੋਲੋਂ ਸੰਵਿਧਾਨ ਨੂੰ ਬਚਾਉਣਾ ਸੀ, ਬਸ ਉਹਦੇ ਲਈ ਆਏ ਸੀਗੇ। ਪੰਜਾਬ 'ਚ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣੀਆਂ ਹਨ, ਜਿਸ ਦੌਰਾਨ ਉਮੀਦਵਾਰ ਵੋਟਰਾਂ ਨੂੰ ਮਿਲ ਰਹੇ ਹਨ ਤੇ ਜਿਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਲਾਰੈਂਸ ਰੋਡ ਤੇ ਪਹੁੰਚੇ। ਇਸ ਮੌਕੇ ਵਾਨਾ ਨੇ ਕਿਹਾ ਹੈ ਕਿ ਇਹ ਸ਼ਹਿਰ ਦਾ ਦਿਲ ਹੀ ਹੈ। ਨਾਵਲਟੀ ਚੌਂਕ ਵਾਲਾ ਨੇ ਕਿਹਾ ਹੈ ਕਿ ਹੀਰਾ ਪਨੀਰ, ਚਾਹ ਅਤੇ ਪਕੌੜੇ ਖਾਣ ਦੀ ਇੱਛਾ ਰੱਖਦਾ ਹੈ। ਅਸੀਂ ਇੱਥੇ ਪਹੁੰਚ ਗਏ ਹਾਂ ਤੇ ਸਾਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ। ਉਹਨਾਂ ਕਿਹਾ ਕਿ ਅੱਜ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਨ ਹੈ ਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਜਪਾ ਸੰਵਿਧਾਨ ਨੂੰ ਢਾਲ ਲਾਉਣ ਤੇ ਲੋਕਾਂ ਦੀ ਰਾਖੀ ਕਰਨ ਤੇ ਤੁਲੀ ਹੋਈ ਹੈ। ਅੰਦਰ ਐਮਰਜੈਂਸੀ ਉਹਨਾਂ ਲੈ ਕੇ ਆਏ ਇੱਥੇ, ਉਹਨਾਂ ਨੇ ਡਾਕਟਰਾਂ ਨੇ ਮ੍ਰਿਤਕ ਘੋਸ਼ ਕਰਦਾ, ਉਹ ਕਹਿੰਦੇ 1 ਹਫ਼ਤੇ ਤੋਂ ਬਿਮਾਰ ਹੈਗੇ ਪਰ ਉਹਨਾਂ ਨੂੰ ਕਿਸੇ ਵੀ ਮੈਡੀਕਲ ਨਹੀਂ, 1 ਹਫ਼ਤੇ ਤੋਂ ਬਿਮਾਰ ਨਹੀਂ, 1 ਹਫ਼ਤੇ ਤੋਂ ਜਿਹੜਾ ਦਾਖਲ ਸੀ ਉਹ ਪਹਿਲਾਂ ਦਾਖਲ ਹੀ, 1 ਤੇ ਦਾਖਲ ਸੀਗਾ ਤੇ ਬਾਕੀ ਜਿਹੜੇ ਉਹ ਕਹਿੰਦੇ ਤੇ ਦੂਜੇ ਜਿਹੜੇ ਐਮਰਜੈਂਸੀ ਬਿਮਾਰ ਹੋਏ ਉਹਨਾਂ ਨੂੰ ਫਟਾਫਟ ਇੱਥੇ ਲੈ ਕੇ ਆਏ ਤੇ ਉਹਦੀ ਡੈਥ ਹੋ ਗਈ ਡਾਕਟਰਾਂ ਨੇ। 1 ਹਫ਼ਤਾ ਪਹਿਲਾਂ ਦੀ ਕਹਿ ਰਹੇ ਉੱਥੇ ਕੋਈ ਸੁਜੀਤ ਬਰਾੜ, ਉਹ ਫਿਰ ਡਾਕਟਰ ਦੱਸਣਗੇ ਨਾ ਜੀ ਉਹਨਾਂ ਕਿਹੜਾ ਇਲਾਜ ਕੀਤਾ ਤੁਹਾਡਾ, ਮਤਲਬ ਕਿ ਉਹਨਾਂ ਨੇ ਮੈਡੀਕਲ, ਉਹ ਡਾਕਟਰਾਂ ਨੇ ਜਿਹੜਾ ਇਲਾਜ ਕੀਤਾ ਨਾ ਉਹ ਡਾਕਟਰਾਂ ਨੇ ਸਲਿੱਪਾਂ ਲਾਈਆਂ ਨਾਲ, ਸਿਰਫ ਸਕਿਉਰਟੀ ਗਾਰਡ ਕਹਿ ਰਹੇ, ਸਕਿਉਰਟੀ ਗਾਰਡ ਨਹੀਂ, ਸਕਿਉਰਟੀ ਗਾਰਡ ਜਦੋਂ ਲਾਏ ਜਾਂਦੇ ਉੱਥੋਂ ਉਸੇ ਵੇਲੇ ਭੇਜਿਆ ਜਾਂਦਾ ਐਮਰਜੈਂਸੀ, ਤੁਰੰਤ ਗਾਰਡ ਲਾ ਕੇ ਤੇ ਐਮਰਜੈਂਸੀ ਐਂਬੂਲੈਂਸ ਲੈ ਆਉਂਦੇ, ਗਾਰਡ ਲਾਈ ਨਹੀਂ ਮੌਕੇ ਤੇ ਅਗਰ ਲਾਈ ਹੁੰਦੀ ਤੇ ਇਲਾਜ ਹੋਏ, ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਬੋਡੀਆਂ ਲੈ ਕੇ ਆਏ ਆ ਉਹ, ਨਾ 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 ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਜੀ। ਡਾਕਟਰਾਂ ਨੇ ਇੱਥੇ ਮਤਲਬ ਉਹਨਾਂ ਨੂੰ ਕੀਤਾ ਕਿ ਡੈਥ ਹੋ ਗਈ ਇਹਦੀ ਜਾਂ ਰਸਤੇ 'ਚ ਹੋਈ ਆ ਜਾਂ ਉੱਥੇ ਆ ਕੇ ਡੈਡ ਬੋਡੀ ਡਾਇਰੈਕਟ ਜੇਲ੍ਹ 'ਚ, ਉਹਨਾਂ ਦੇ ਕਹਿਣ ਦੀ ਨਹੀਂ ਗੱਲ, ਡਾਕਟਰ ਦੱਸਣਗੇ ਪੋਸਟਮਾਰਟਮ ਦੇ ਵਿੱਚ ਆ ਜਾਣਾ ਕਦੋਂ ਮੌਤ ਹੋਈ, ਕਿੰਨੇ ਵਜੇ ਹੋਈ, ਕੀ ਕਾਰਨ ਸੀ ਮੌਤ ਦਾ, ਇਹ ਤੁਹਾਡੀ ਗੱਲ ਠੀਕ ਆ। ਦੱਸ ਕੇ ਤਾਂ ਦੱਸੋ, ਮੇਰਾ ਨਾਂ ਰਕੇਸ਼ ਕੁਮਾਰ ਹੈ ਜੀ, ਹਾਂਜੀ ਮੇਰਾ ਬ੍ਰਦਰ ਸੀ ਉਹ, ਅਤੇ 8 ਦਿਨ ਹੋ ਗਏ ਕਹਿੰਦਾ ਮੈਂ ਬਿਮਾਰ ਹਾਂ ਅਤੇ ਰੋਜ਼ ਜਾਂਦਾ ਸੀ ਗਾਰਦ ਲਾਉਣ ਡਾਕਟਰ ਸਾਹਿਬ ਕੋਲ, ਰੋਜ਼ ਲੱਗੀ ਸਕਿਉਰਟੀ ਇੰਚਾਰਜ ਹੀ ਗੁਰਜੀਤ ਬਰਾੜ ਜਿਹੜਾ, ਸਾਨੂੰ ਤਾਂ ਪਤਾ ਵੀ ਨਹੀਂ, ਪਤਾ ਲੱਗਾ ਕਿ ਉਹਨੇ ਉਹਦੀ ਗਾਰਡ ਲਾਈ ਨਹੀਂ, ਗਾਰਦ ਨਹੀਂ ਲਾਈ ਉਹਦੀ,
ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਕਹਿੰਦਾ ਬੇਨਤੀ ਕਰਦਾ ਕਿ ਕਿਸੇ ਹੋਰ ਸਾਡਾ ਤੇ ਸਾਡਾ ਜੋ ਹੋ ਗਿਆ ਗਾਂਹ ਆਉਣ ਵਾਲੇ ਜਿਹੜਾ ਜਿਨ੍ਹਾਂ ਦਾ ਇਹਨਾਂ ਦੇ ਬੱਚੇ ਨਾ ਮਰਨ, ਸਾਡਾ ਬੰਦਾ ਚੜ ਗਿਆ, ਹੁਣ ਕੀ ਕਰ ਸਕਦੇ ਹਾਂ? ਅੱਠ ਦਿਨ ਪਹਿਲੋਂ ਆ ਜਾਂਦਾ ਤੇ ਬਚਾਅ ਹੋ ਜਾਣਾ, ਕੁਛ ਨਾ ਕੁਛ ਤੇ ਬਚਾਅ ਹੋ ਜਾਣਾ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰੱਖਾ।